कैंसर वांगू कर होने कर लिया रिश्वत खोरी ने नेकी करन वाले हाँ बंदिया दे अपमान हुंदे कुर्सी पापियां नू ते गुंडिया दे सन्मान हुंदे इत्थे सारे धर्म भुला गए जी रब खैर करे ओ दुनिया उजड़न दे दिन आ गए जी रब खैर करे। ਤੁਹਾਡੇ ਗੀਤ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਆ ਹਾਂਜੀ ਪਰ ਤੁਹਾਨੂੰ ਕਦੇ ਕਦੇ ਇਉਂ ਨਹੀਂ ਲੱਗਦਾ ਵੀ ਬੱਚ ਬੁਰੇ ਹਾਲਾਤਾਂ ਤੋਂ ਪੱਤਾ ਸਿੰਘਾਂ ਦਾ ਵੈਰੀ ਇਸ ਗਾਣੇ ਤੋਂ ਵੱਡਾ ਤੁਸੀਂ ਵੀ ਨਹੀਂ ਲਿਖ ਸਕੇ 65 ਲੱਖ ਦੇ ਕਰੀਬ 65 ਦੱਸਦੇ ਆ ਕਿ ਉਸ ਵੇਲੇ ਵਿਕੀ ਸੀ ਐਟ ਜਿਸ ਪੋਰਟ ਦੇਖੋ ਜਿਹੜੇ ਹਾਲਾਤ ਹੈ ਮੈਂ ਆਪਣੇ ਪਿੰਡੇ ਤੇ ਵੀ ਹੰਡਾਇਓ ਜ਼ੁਲਮ ਦੀ ਇੰਤਹਾ ਦੇ ਵਿੱਚੋਂ ਹੀ ਮੇਰੇ ਅੰਦਰੋਂ ਉਹ ਜਿਹੜੇ ਬੋਲ ਫੁੱਟੇ ਤੁਹਾਡੇ ਉੱਤੇ ਵੀ ਕਾਫੀ ਕੁਝ ਹੋਇਆ ਭਾਵੇਂ ਜ਼ਿਹਨੀ ਤੌਰ ਦੇ ਉੱਤੇ ਅਤਿਆਚਾਰ ਹੋਵੇ ਭਾਵੇਂ ਸਰੀਰਕ ਤੌਰ ਦੇ ਉੱਤੇ ਹੋਵੇ ਹੈ ਤਾਂ ਅਤਿਆਚਾਰ ਹੀ ਮੈਨੂੰ ਵੀ ਨੂਰ ਮਹਿਲ ਪੁਲਿਸ ਸਟੇਸ਼ਨ ਤੇ ਲੈ ਗਏ ਚੱਕ ਕੇ ਕਹਿੰਦੇ ਬੇਟਾ ਦੱਸ ਫਿਰ ਇਹ ਕਿਹਦੇ ਕਹਿਣ ਤੇ ਲਿਖਿਆ ਸੀ ਹਾਂ ਕਹਿੰਦਾ ਪੁੱਤ ਫਿਰ ਇਦਾਂ ਨਹੀਂ ਇੱਥੇ ਕੰਧਾਂ ਵੀ ਬੋਲਦੀਆਂ ਸਭ ਕੁਝ ਦੱਸੇਗਾ ਮੈਨੂੰ ਏਦਾਂ ਹੀ 32 ਬਟਾਲੀਅਨ ਚ ਵੀ ਕਹਿੰਦੇ ਸੀ 32 ਬਟਾਲੀਅਨ ਇੱਕ ਸਪੈਸ਼ਲ ਚੈਂਬਰ ਬਣਾਇਆ ਸੀ ਇਹਨਾਂ ਨੇ ਨੌਜਵਾਨਾਂ ਨੂੰ ਟੌਰਚਰ ਕਰਨ ਵਾਸਤੇ ਆਤਵਾਦੀ ਕਹਿ ਕੇ ਕਈ ਦਿਨ ਪੈਰ ਨਹੀਂ ਥੱਲੇ ਲੱਗ ਸਕੇ ਹੁਣ ਦੱਸਦਿਆਂ ਮੈਨੂੰ ਆਪਣੇ ਆਪ ਤੇ ਘਿਰਣਾ ਆਉਂਦੀ ਆ ਕਿ ਮੈਨੂੰ ਟੋਇਲਟ ਵੀ ਜਿਹੜਾ ਚੱਕ ਕੇ ਲੈ ਜਾਂਦੇ ਸੀ ਜਦੋਂ ਮੈਂ ਦੱਸਿਆ ਵੀ ਮੈਂ 32 ਬਟਾਲੀਅਨ 'ਚ ਵੀ ਰਹਿ ਕੇ ਆਇਆ ਤਾਂ ਫਿਰ ਉਹਨਾਂ ਨੇ SHO ਸਾਹਿਬ ਨੂੰ ਕਿਹਾ ਵੀ ਇਹ ਤੋਂ ਕੀ ਲੱਭਦੇ ਆ ਮੈਨੂੰ ਉਸ ਚੀਜ਼ ਨੇ ਜਿਹੜਾ ਨਾ ਇਨਕਲਾਬ ਦੇ ਰਾਹ ਤੇ ਤੋਰ ਦਿੱਤਾ ਤੇਰਾ ਕਿੱਥੇ ਹੋ ਜਲਾਲ ਸਿੰਘਾ ਕਿੱਥੇ ਹੋ ਜਲਾਲ ਤੇਥੋਂ ਚੌਧਰਾਂ ਨੇ ਗੁਰੂ ਦਾ ਪਿਆਰ ਖੋਲਿਆ ਪੱਗਾਂ ਤੇਰੇ ਤੋਂ ਲਹਾ ਕੇ ਸਤਿਕਾਰ ਖੋਲਿਆ ਉਹ ਹੁਣ ਚੌਧਰਾਂ ਲਈ ਲੜੇ ਤੂੰ ਤਾਂ ਵੀਰਾਂ ਦੇ ਹੀ ਨਾਲ ਤੇਰਾ ਕਿੱਥੇ ਹੋ ਜਲਾਲ ਸਿੰਘਾ ਕਿੱਥੇ ਹੋ ਜਲਾਲ ਵਾਹ ਲੁਧਿਆਣੇ ਦੀ ਇੱਕ ਕੰਪਨੀ ਆ ਉਹਨਾਂ ਨੇ ਉਸ ਸਮੇਂ ਦੇ ਵਿੱਚ 3 ਲੱਖ ਰੁਪਇਆ ਮੇਰੇ ਮੋਹਰੇ ਰੱਖ ਦਿੱਤਾ ਕਿ ਤੁਸੀਂ ਕਮਰਸ਼ੀਅਲ ਚ ਆ ਜਾਓ ਮੈਂ ਕਿਹਾ ਮੈਂ ਇਨਕਲਾਬ ਦੀ ਗੱਲ ਕਰਨੀ ਆ ਇੱਥੇ ਲੋਕਾਂ ਨੇ ਜਾਨਾਂ ਵਾਰ ਦਿੱਤੀਆਂ ਇਨਕਲਾਬ ਲਈ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਚੜ੍ਹਦੀ ਕਲਾ ਟਾਣਾ ਸਾਹਿਬ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਾਬਾਦ ਆ ਜੀ ਪੂਰੀ ਤਰ੍ਹਾਂ ਨਾਲ ਗਰਮੀ ਨੇ ਵੱਟ ਕੱਢੇ ਪਏ ਆ ਪਰ ਫਿਰ ਵੀ ਜ਼ਿੰਦਗੀ ਤਾਂ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ ਬਿਲਕੁਲ ਰਹਿਣੀ ਚਾਹੀਦੀ ਹੈ ਹਰ ਇੱਕ ਦੀ ਰਹਿਣੀ ਚਾਹੀਦੀ ਹੈ ਤੇ ਜਦੋਂ ਖਾਸ ਤੌਰ ਤੇ ਵਿਹੜੇ ਦੇ ਵਿੱਚ ਮਹਿਮਾਨ ਆ ਜਾਣ ਤੇ ਫਿਰ ਤਾਂ ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਆ ਖਿੜੇ ਮੱਥੇ ਮਿਲਣਾ ਚਾਹੀਦਾ ਬਿਲਕੁਲ ਜੀ ਤੇ ਖਿੜੇ ਮੱਥੇ ਅਸੀਂ ਮਿਲੇ ਵੀ ਆ ਤੇ ਸਾਡੇ ਦਰਸ਼ਕ ਅੱਜ ਖਿੜੇ ਮੱਥੇ ਪ੍ਰਵਾਨ ਵੀ ਕਰਨਗੇ ਬਿਲਕੁਲ ਕਿਉਂਕਿ ਉਦੋਂ ਮੇਰੀ ਵੀ ਤੇ ਤੁਹਾਡੀ ਵੀ ਉਮਰ ਬਾਹਲੀ ਵੱਡੀ ਨਹੀਂ ਹੋਣੀ ਜਦੋਂ ਹੰਸ ਰਾਜ ਹੰਸ ਹੋਰਾਂ ਦਾ ਗੀਤ ਬੱਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਜੀ ਇਹ ਆਇਆ ਸੀ ਤੇ ਬਹੁਤ ਮਕਬੂਲ ਹੋਇਆ ਸੀ ਇਹ ਗਾਣਾ ਇਹ ਗਾਣਾ ਕਿੰਨਾਂ ਨੇ ਲਿਖਿਆ ਕਈ ਦਰਸ਼ਕਾਂ ਨੂੰ ਪਤਾ ਹੋਊਗਾ ਕਈਆਂ ਨੂੰ ਨਹੀਂ ਵੀ ਪਤਾ ਹੋਣਾ ਕਿਉਂਕਿ ਗੀਤਕਾਰ ਕਈ ਵਾਰ ਅੱਖੋਂ ਓਝਲ ਹੋ ਜਾਂਦਾ ਪਰ ਅੱਜ ਸਾਡੇ ਸਟੂਡੀਓ ਦੇ ਵਿੱਚ ਉਹੀ ਗੀਤਕਾਰ ਆ ਯਾਨੀ ਕਿ ਜੌਲ ਬਿਧੀਪੁਰੀਆ ਜਿਨ੍ਹਾਂ ਦਾ ਪੱਕਾ ਨਾਂ ਹੈਗਾ ਅਮਰਜੀਤ ਸਿੰਘ ਜੌਲ ਪਿੰਡ ਹੈਗਾ ਬਿਧੀਪੁਰ ਜਲੰਧਰ ਦੇ ਵਿੱਚ ਤੇ ਉਹ ਬਣ ਗਏ ਜੌਲ ਬਿਧੀਪੁਰੀਆ ਤੇ ਉਹਨਾਂ ਨੇ ਮੈਂ ਤਾਂ ਸੋਚਿਆ ਸੀ ਵੀ ਦਰਜਨਾਂ ਦੀ ਗਿਣਤੀ 'ਚ ਗਾਣੇ ਲਿਖੇ ਆ ਉਹਨਾਂ ਨੇ ਆ ਕੇ ਦੱਸਿਆ ਵੀ ਸੈਂਕੜਿਆਂ ਦੀ ਗਿਣਤੀ 'ਚ ਲਿਖੇ ਹੋਏ ਆ ਤੇ ਮੈਨੂੰ ਵੀ ਇਸ ਗੱਲ ਨੇ ਬੜਾ ਅਚੰਬਿਤ ਕੀਤਾ ਗੱਲਬਾਤ ਕਰਾਂਗੇ ਅੱਜ ਜੌਲ ਬਿਧੀਪੁਰੀਆ ਦੇ ਨਾਲ ਜੀ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਸਰੋਤੇ ਅਤੇ ਚੱਜ ਦਾ ਵਿਚਾਰ ਪ੍ਰੋਗਰਾਮ ਦੇ ਸਾਰੇ ਸਰੋਤੇ ਸਵਾਲ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਬਿਲਕੁਲ ਚੜ੍ਹਦੀ ਕਲਾ ਜੀ ਜ਼ਿੰਦਾਬਾਦ ਬਿਲਕੁਲ ਚੜ੍ਹਦੀ ਕਲਾ ਸੱਚੀ ਮੁੱਚੀ ਮੈਨੂੰ ਅੱਜ ਪਤਾ ਲੱਗਾ ਵੀ ਤੁਸੀਂ ਦਰਜਨਾਂ ਨਹੀਂ ਸੈਂਕੜੇ ਗੀਤ ਲਿਖੇ ਹੋਏ ਆ ਤੁਹਾਡੇ ਸੈਂਕੜੇ ਗੀਤ ਰਿਕਾਰਡ ਹੋਏ ਹੋਏ ਆ ਮਾਨਕ ਜੀ ਤੋਂ ਲੈ ਕੇ ਮੌਜੂਦਾ ਜਿਹੜੇ ਗਾਇਕ ਨੇ ਜੋਤੀ ਨੂਰਾਂ ਹੋਰਾਂ ਤੱਕ ਵਾਹਿਗੁਰੂ ਜੀ ਨੇ ਨਵਾਜਿਆ ਉਹਨਾਂ ਦੀ ਆਵਾਜ਼ ਵਿੱਚ ਆਪਣੇ ਗੀਤ ਰਿਕਾਰਡ ਹੋਏ ਨੇ ਤੁਸੀਂ ਆਪ ਵੀ ਗਾਉਂਦੇ ਹੋ ਹਾਂਜੀ ਲਿਖਦੇ ਹੋ ਹਾਂਜੀ ਜਿਹੜਾ ਗਾਇਕ ਆਪ ਹੀ ਲਿਖਦਾ ਹੋਵੇ ਹਾਂਜੀ ਤੇ ਉਹਦੇ ਕੋਲੇ ਤਾਂ ਆਪ ਦੇ ਲਈ ਮੈਟਰ ਵੀ ਕਈ ਵਾਰ ਥੁੜ ਜਾਂਦਾ ਤੁਸੀਂ ਹੋਰਨਾਂ ਨੂੰ ਕਿਵੇਂ ਦੇ ਦਿੰਦੇ ਹੋ ਵੇਖੋ ਜੀ ਪਹਿਲਾਂ ਤਾਂ ਮੈਂ ਤੇ ਸਤਾਰਾ ਸਾਡੇ ਦੋ ਜਣੇ ਦੀ ਜੋੜੀ ਸੀ ਜੌਲ ਸਤਾਰਾ ਬਿਲਕੁਲ ਸਹੀ ਅਸੀਂ ਉਦੋਂ ਆਪ ਵੀ ਗਾਇਆ ਤੇ ਮਾਨਕ ਜੀ ਹੋਣਾ ਤੋਂ ਲੈ ਕੇ ਸਰਦੂਲ ਭਾਜੀ ਹੋਣੀ ਹੰਸਰਾਜ ਜੀ ਮਾਸਟਰ ਸਲੀਮ ਪ੍ਰੀਤ ਹਰਪਾਲ ਇਹਨਾਂ ਸਾਰਿਆਂ ਨੂੰ ਵੀ ਗੀਤ ਦਿੱਤੇ ਕਿਰਪਾ ਉਸ ਵਾਹਿਗੁਰੂ ਜੀ ਦੀ ਆਸ ਜਦੋਂ ਉਹ ਨਜ਼ਰ ਕਰਦੇ ਆ ਤੇ ਬਸ ਫਿਰ ਪਿੱਛੋਂ
कोई घाटा ही नहीं रह जाता, अपने आप ही सारे घाटे पूरे हो जाते हैं। साड़ी लोड़ भी पूरी होंदी रही, तो जिन्ना हो सकता सी इन्हां गायक वीरां नूं भी सतगुरु जी ने गीत जिहड़े आ ओह लिखवा के दित्ते। तुहाडे गीत बहुत सारे कलाकारां ने गाए आ, तुसीं बहुत सारे लिखे आ, पर तुहानूं कदे कदे इउं नहीं लगदा भी बच बुरे हालातां तों पत्ता पत्ता सिंघां दा वैरी इस गाने तों वड्डा तुसीं भी नहीं लिख सके? वेखो जी, वैसे तो हर गीतकार नूं अपने सारे गीत जड़े होंदे आ ना, जिवें मावां नूं मापिआं नूं बच्चे जड़े होंदे सारे इको जिहे लगदे आ, उंज गीत तां मैनूं सारे ही बहुत वधिया इक दूजे तों उपर दी लगदे आ, पर इस गीत ने मैनूं माण बहुत ज़्यादा दित्ता। 65 लाख दे करीब कैसेट दसदे आ कि उस वेले विकी सी एट दी स्पॉट। किहड़े वरे च? 1992 जी। जी, ते इस गाने दे नाल बहुत सारियां कहानियां भी जुड़ियां होईयां ने। सब तो पहला असीं इह जानना चाहांगे कि इस नूं लिखण दा सबब किवें बणिआ। देखो जिहड़े हालात है, मैं अपने पिंडे ते भी हंडायो हां, उस वेले जबर जुल्म दी जिहड़ी इंतहा होई पई सी, ते उस जुल्म दी इंतहा दे विचों ही मेरे अंदरों ओह जिहड़े बोल फुटे। कुछ साडी मां ने भी समझाउणा, क्योंकि हर मां जिहड़ी अपने बच्चे नूं चाहुंदी आ कि ओह सुरक्षित रहे, समझाउंदी है कि हालात बड़े खराब है इन्हां तों पुत बच के। ओह गल मेरे ज़हन विच सी, ते इक जिहड़ा उस वेले जबर जुल्म दा दौर चलदा सी उस चीज़ दे इह सारे चीज़ ने मिक्स हो के इस गीत दा जन्म लिया। ते फिर हंसराज हंस तक पहुँच किवें होई? हंसराज हंस दे जिहड़े म्यूजिक डायरेक्टर सीगे मेवी लाल भट्टी जी, जिहड़े के रंजना जी दे हसबेंड ने, ओह मेरे क्लास फैलो, मेरे मित्र ते मेरे पिंड दे ही ने, भावें कि ओह जलंधर रहिंदे सी ਤੇ ਪਰ ਸਾਡਾ ਆਪਸੀ ਪਿਆਰ ਸੀ, ਉਹਨਾਂ ਦੇ ਜ਼ਰੀਏ ਮੇਰਾ ਹੰਸ ਭਾਜੀ ਹੁਣਾਂ ਦੇ ਨਾਲ ਮੇਲ ਹੋਇਆ ਜੀ। ਤੇ ਪੈਂਦੀ ਸੱਟੇ ਉਹਨਾਂ ਨੇ ਇਸ ਗਾਣੇ ਦੀ ਚੋਣ ਕਰ ਲਈ? ਅਸੀਂ ਜਾ ਰਹੇ ਸੀ ਇਕੱਠੇ ਜੀ, ਅਸਲ 'ਚ ਪਹਿਲਾਂ ਇਹ ਗੀਤ ਅਸੀਂ ਆਪ ਰਿਕਾਰਡ ਕੀਤਾ ਸੀ। ਅੱਛਾ। ਇਹ ਸਾਡੀ ਲੜੀਵਾ ਇਤਿਹਾਸ ਸੀ, ਉਹਦੇ ਵਿੱਚ ਇਹ ਗੀਤ ਅਸੀਂ ਰਿਕਾਰਡ ਕੀਤੇ ਸੀ, ਤੇ ਅਸੀਂ ਜਾ ਰਹੇ ਸੀ ਰਾਜਾ ਸਾਹਿਬ ਦੇ ਮਜ਼ਾਰੇ। ਅੱਛਾ। ਪ੍ਰੋਗਰਾਮ ਸੀ ਬਹੁਤ ਤਕੜਾ, ਉੱਥੇ ਇਕੱਠ ਹੁੰਦਾ, ਤੇ ਮੈਂ ਤੇ ਹੰਸ ਭਾਜੀ ਦੇ ਮੇਵੀ ਅਸੀਂ ਇੱਕੋ ਗੱਡੀ 'ਚ ਬੈਠੇ ਹਾਂ, ਤੇ ਮੈਂ ਕਿਹਾ ਭਾਜੀ ਆਹ ਕੈਸਟ ਰਿਕਾਰਡ ਕੀਤੀ ਹੈ ਤੇ ਇਹ ਆਪਾਂ ਉੱਥੇ ਰਿਲੀਜ਼ ਕਰਨੀ ਹੈ। ਹੰਸ ਭਾਜੀ ਹੁਣਾਂ ਨੇ ਉਹ ਕੈਸਟ ਵਿੱਚ ਲਾ ਲਈ ਗੱਡੀ ਦੇ, ਜਦੋਂ ਲਾਈ ਉਹ ਗੀਤ ਉਹਨਾਂ ਨੂੰ ਬੜੇ ਵਧੀਆ ਲੱਗੇ, ਕਹਿੰਦੇ ਭਾਜੀ ਆਪਾਂ ਉੱਥੇ ਗਾ ਦਈਏ। ਮੈਂ ਕਿਹਾ ਗਾ ਦਿਓ। ਜਦੋਂ ਉਹ ਗੀਤ ਉਹਨਾਂ ਨੇ ਉੱਥੇ ਗਾਏ, ਇੱਕ ਪੱਤਾ ਪੱਤਾ ਸਿੰਘਾਂ ਨਾ ਵੈਰੀ ਤੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ, ਜਦੋਂ ਗਾਏ ਤਾਂ ਸੰਗਤਾਂ ਵੱਲੋਂ ਅਥਾਹ ਜਾਣੀ, ਜਦੋਂ ਉਹਨੂੰ ਪ੍ਰਮੋਸ਼ਨ ਮਿਲੀ ਸੰਗਤਾਂ ਨੇ ਜਦੋਂ ਜੈਕਾਰੇ ਲਾਏ, ਤਾਂ ਫਿਰ ਹੰਸ ਭਾਜੀ ਕਹਿੰਦੇ ਵੀ ਇਹ ਗੀਤ ਮੈਂ ਰਿਕਾਰਡ ਕਰਾਉਣੇ ਆ। ਅੱਛਾ। ਹਾਂਜੀ ਜੀ। ਤੇ ਉਸ ਤੋਂ ਬਾਦ ਇਹ ਗੀਤ ਉਹਨਾਂ ਦਾ ਹੋ ਗਿਆ, ਉਹਨਾਂ ਨੇ ਰਿਕਾਰਡ ਕਰਾਇਆ ਤੇ ਇਹ ਪੂਰੀ ਤਰ੍ਹਾਂ ਦੇ ਨਾਲ ਜੱਗ ਪ੍ਰਸਿੱਧ ਗੀਤ ਹੋ ਨਿਬੜਿਆ। ਗੱਲ ਇਹ ਕਿ ਵੀ ਉਸ ਨਾਲ ਇੱਕ ਹਾਲਾਤਾਂ ਦੇ ਮੁਤਾਬਕ ਸੀ ਗੀਤ, ਦੂਸਰਾ ਉਹਨਾਂ ਨੂੰ ਆਵਾਜ਼ ਜਿਹੜੀ ਆ ਬੜੀ ਸੁਰੀਲੀ ਮਿਲ ਗਈ, ਮਿੱਠੀ ਆਵਾਜ਼ ਹੰਸਰਾਜ ਹੰਸ ਦੀ, ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਤੀਸਰਾ ਜਿਹੜਾ ਚਰਨਜੀਤ ਅਹੂਜਾ ਜੀ ਦਾ ਮਿਊਜ਼ਿਕ ਹੋਵੇ, ਸਾਰੀਆਂ ਗੱਲਾਂ ਜਿਹੜੀਆਂ ਢੁੱਕ ਗਈਆਂ। ਬਾਕੀ ਬੋਲਾਂ ਦੀ ਮੈਂ ਆਪ ਨਹੀਂ ਸ਼ਬਦ ਕਰ ਸਕਦਾ, ਉਹ ਤੁਸੀਂ ਦੱਸ ਸਕਦੇ ਹੋ। ਬਹੁਤ ਹੀ ਕਮਾਲ ਦਾ ਗੀਤ ਆ ਇਹ, ਬਿਲਕੁਲ ਸਹੀ। ਪਰ ਸਵਾਲ ਇੱਕ ਹੋਰ ਵੀ ਆ ਵੀ ਅਸੀਂ ਹੰਸਰਾਜ ਹੰਸ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਸੀ, ਹਾਂਜੀ, ਉਹਨਾਂ ਨੇ ਇਹ ਗੱਲ ਦੱਸੀ ਸੀਗੀ ਕਿ ਜਦੋਂ ਇਹ ਗਾਣਾ ਗਾਤਾ ਉਸ ਤੋਂ ਬਾਅਦ ਪਿੰਡੇ ਦੇ ਉੱਤੇ ਕਈ ਕੁਝ ਹੰਡਾਉਣਾ ਪਿਆ। ਹਾਂਜੀ। ਤੁਸੀਂ ਤਾਂ ਉਹਨਾਂ ਦੇ ਗਾਉਣ ਤੋਂ ਪਹਿਲਾਂ ਇਸ ਗਾਣੇ ਦੇ ਸੂਤਰਧਾਰ ਹੈ, ਇਹਨੂੰ ਲਿਖਿਆ। ਹਾਂਜੀ। ਤੁਹਾਡੇ ਉੱਤੇ ਵੀ ਕਾਫੀ ਕੁਝ ਹੋਇਆ, ਭਾਵੇਂ ਜ਼ਿਹਨੀ ਤੌਰ ਦੇ ਉੱਤੇ ਅੱਤਿਆਚਾਰ ਹੋਵੇ, ਭਾਵੇਂ ਸਰੀਰਕ ਤੌਰ ਦੇ ਉੱਤੇ ਹੋਵੇ, ਹੈ ਤਾਂ ਅੱਤਿਆਚਾਰੀ। ਇਹ ਗਾਣਾ ਲਿਖਣ ਤੋਂ ਬਾਅਦ ਤੁਹਾਨੂੰ ਕਿਹੜੇ ਕਿਹੜੇ ਮੋੜਾਂ ਦੇ ਵਿੱਚੋਂ ਲੰਘਣਾ ਪਿਆ? ਵੇਖੋ ਜੀ, ਇਹ ਤਾਂ ਸੁਭਾਵਕ ਹੈ ਕਿ ਰਾਈਟਰ 'ਤੇ ਗੱਲ ਆਉਣੀ ਆਉਣੀ ਹੈ। ਮੈਨੂੰ ਵੀ ਨੂਰਮਹਿਲ ਪੁਲਿਸ ਸਟੇਸ਼ਨ 'ਤੇ ਲੈ ਗਏ ਚੱਕ ਕੇ, ਉੱਥੇ SPD ਸਾਹਿਬ ਜਿਹੜੇ ਪਹੁੰਚੇ ਮੇਰੀ ਪੁੱਛਗਿੱਛ ਕਰਨ ਵਾਸਤੇ, ਕਹਿੰਦੇ ਵੀ ਸਾਨੂੰ ਉੱਤੋਂ ਹਦਾਇਤਾਂ ਆਈਆਂ। ਉਹਨਾਂ ਨੇ SPD ਸਾਹਿਬ ਹੋਣਾ ਨੇ ਮੈਨੂੰ ਪਹਿਲਾਂ ਤਾਂ ਫੜਿਆ ਆ, ਕਹਿੰਦੇ ਬੇਟਾ ਬਹੁਤ ਹੀ ਪਿਆਰਾ ਗੀਤ ਲਿਖਿਆ, ਬੜੀ ਪ੍ਰਸ਼ੰਸਾ ਕੀਤੀ। ਹੌਲੀ ਹੌਲੀ ਉਸ ਗੱਲ 'ਤੇ ਆ ਗਿਆ, ਕਹਿੰਦੇ ਬੇਟਾ ਦੱਸ ਫਿਰ ਇਹ ਕਿਹਦੇ ਕਹਿਣ 'ਤੇ ਲਿਖਿਆ ਸੀ। ਮੈਂ ਕਿਹਾ ਸਰ ਮੈਂ ਤਾਂ ਕਿਸੇ ਦੇ ਕਹਿਣ 'ਤੇ ਨਹੀਂ ਲਿਖਿਆ। ਕਹਿੰਦੇ ਫਿਰ ਵੀ ਕੋਈ ਨਾ ਕੋਈ ਪ੍ਰੇਰਨਾ ਸਰੋਤ ਹੁੰਦਾ। ਮੈਂ ਕਿਹਾ ਮੇਰੀ ਪ੍ਰੇਰਨਾ ਸਰੋਤ ਮੇਰੀ ਮਾਂ ਆ, ਅਤੇ ਇੱਕ ਹਾਲਾਤ। ਮੈਂ ਕਿਹਾ ਮੈਂ ਵੀ ਉਹ ਆਪਣੇ ਪਿੰਡੇ 'ਤੇ ਹੰਡਾਏ ਆ। ਕਹਿੰਦਾ ਪੁੱਤ ਫਿਰ ਇੱਦਾਂ ਨਹੀਂ, ਇੱਥੇ ਕੰਧਾਂ ਵੀ ਬੋਲਦੀਆਂ, ਸਭ ਕੁਝ ਦੱਸੇਗਾ। ਮੈਂ ਕਿਹਾ ਵੀ ਸਰ ਮੈਨੂੰ ਏਦਾਂ ਹੀ 32 ਬਟਾਲੀਅਨ 'ਚ ਵੀ ਕਹਿੰਦੇ ਸੀ। ਅੱਛਾ। 32 ਬਟਾਲੀਅਨ ਇੱਕ ਸਪੈਸ਼ਲ ਚੈਂਬਰ ਬਣਾਇਆ ਸੀ ਇਹਨਾਂ ਨੇ ਉਸ ਵੇਲੇ, ਜਿਹੜਾ ਨਾ ਅੱਤਵਾਦੀਆਂ ਟੋਰਚਰ ਕਰਨ ਵਾਸਤੇ, ਨੌਜਵਾਨਾਂ ਨੂੰ ਟੋਰਚਰ ਕਰਨ ਵਾਸਤੇ ਅੱਤਵਾਦੀ ਕਹਿ ਕੇ ਉਸ ਚੈਂਬਰ ਦੇ ਵਿੱਚ ਮੈਨੂੰ ਵੀ ਲਿਜਾ ਕੇ ਜਿਹੜਾ ਟੋਰਚਰ ਕੀਤਾ, ਔਰ 28 ਦਿਨ ਦੇ ਕਰੀਬ ਮੈਨੂੰ ਉੱਥੇ ਰੱਖਿਆ। ਜਦੋਂ ਮੈਂ ਦੱਸਿਆ ਵੀ ਮੈਂ 32 ਬਟਾਲੀਅਨ 'ਚ ਵੀ ਰਹਿ ਕੇ ਆਇਆ, ਤਾਂ ਫਿਰ ਉਹਨਾਂ ਨੇ SHO ਸਾਹਿਬ ਨੂੰ ਕਿਹਾ ਵੀ ਇਹ ਤੋਂ ਕੀ ਲੱਭਦੇ ਆ, ਇਹਨੂੰ ਛੱਡ ਦਿਓ। ਤਦ ਤੱਕ ਇਲਾਕੇ ਦੇ ਲੋਕ ਵੀ ਇਕੱਠੇ ਹੋਣ ਲੱਗ ਪਏ ਸੀ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਦੇ ਗੀਤਕਾਰ ਨੂੰ
ਚੱਕ ਕੇ ਲੈ ਗਏ ਪੁਲਿਸ ਵਾਲੇ ਜੀ ਤੇ 32 ਬਟਾਲੀਅਨ ਦੇ ਵਿੱਚ ਵੀ ਤੁਹਾਨੂੰ ਇਸ ਗੀਤ ਦਾ ਕਰਕੇ ਚੱਕ ਲੈ ਕੇ ਗਏ ਸੀ 32 ਬਟਾਲੀਅਨ ਵਿੱਚ ਮੇਰੇ ਤੇ ਪਹਿਲਾ ਜਿਹੜਾ ਸੀਗਾ ਇਹੀ ਤਾਂ ਮੈਨੂੰ ਜਿਹੜਾ ਸੇਕ ਲੱਗਾ ਸੀ ਉਹਦੇ ਵਿੱਚੋਂ ਇਹ ਜਿਹੜਾ ਨਾ ਉਸ ਦੁੱਖ ਦੇ ਵਿੱਚੋਂ ਜਿਹੜਾ ਮੈਨੂੰ ਸਹਿਣ ਕਰਨਾ ਪਿਆ ਉਹਦੇ ਵਿੱਚੋਂ ਹੀ ਇਹ ਗੀਤ ਦੇ ਆਪਾਂ ਕਹਿ ਸਕਦੇ ਕਿ ਉਹਨੇ ਜਨਮ ਲਿਆ ਉਹਦੇ ਨਾਲ ਕੀ ਕਾਰਨ ਸੀਗਾ ਵੀ ਜਿਹੜਾ ਤੁਸੀਂ 32 ਬਟਾਲੀਅਨ ਦੇ ਵਿੱਚ ਲੈ ਗਏ ਹਾਂਜੀ ਕੋਈ ਵਜ੍ਹਾ ਹੋਊਗੀ ਤੁਸੀਂ ਉਸ ਦੌਰ ਦੇ ਵਿੱਚ ਜੀ ਸ਼ੱਕ ਦੇ ਆਧਾਰ ਤੇ ਉਸ ਵੇਲੇ ਜਿਵੇਂ ਨੌਜਵਾਨਾਂ ਤੇ ਜਿਹੜਾ ਉਸ ਲਾ ਤਸ਼ੱਦਦ ਕੀਤਾ ਜਾਂਦਾ ਸੀ ਸ਼ੱਕ ਦੇ ਆਧਾਰ ਤੇ ਸਾਰਾ ਕੁਝ ਕੀਤਾ ਜਾਂਦਾ ਸੀਗਾ ਉਹ ਮੇਰੇ ਤੇ ਵੀ ਜਾਣੀ ਹੋਇਆ ਜ਼ੁਲਮ ਬਹੁਤ ਕੁੱਟਿਆ ਬਹੁਤ ਜ਼ਿਆਦਾ ਜੀ ਮੇਰਾ ਕਈ ਦਿਨ ਪੈਰ ਨਹੀਂ ਥੱਲੇ ਲੱਗ ਸਕੇ ਹੁਣ ਦੱਸਦਿਆਂ ਮੈਨੂੰ ਆਪਣੇ ਆਪ ਤੇ ਘਿਰਣਾ ਆਉਂਦੀ ਆ ਕਿ ਮੈਨੂੰ ਟੋਇਲਟ ਵੀ ਜਿਹੜਾ ਚੱਕ ਕੇ ਲੈ ਜਾਂਦੇ ਸੀ ਅੱਛਾ ਜੀ ਬਹੁਤ ਦੁੱਖ ਦਾ ਵੇਲਾ ਬਹੁਤ ਜ਼ਿਆਦਾ ਜੀ ਉਹ ਸਾਰੇ ਕੁਝ ਨੇ ਤੁਹਾਡੀ ਜ਼ਿਹਨੀਅਤ ਦੇ ਉੱਤੇ ਕਿੰਨਾ ਅਸਰ ਕੀਤਾ ਮੈਨੂੰ ਉਸ ਚੀਜ਼ ਨੇ ਜਿਹੜਾ ਨਾ ਇਨਕਲਾਬ ਦੇ ਰਾਹ ਤੇ ਤੋਰ ਦਿੱਤਾ ਮੈਂ ਖੰਡ ਮਿੱਲ ਦੇ ਵਿੱਚ ਸੁਪਰਵਾਈਜ਼ਰ ਸੀ ਨਕੋਦਰ ਖੰਡ ਮਿੱਲ ਦੇ ਵਿੱਚ ਪਰ ਮੈਂ ਉਹ ਛੱਡ ਕੇ ਮੈਂ ਇਹ ਇਨਕਲਾਬ ਦਾ ਰਾਹ ਚੁਣਿਆ ਕਿ ਮੈਂ ਇਨਕਲਾਬੀ ਲਿਖਣਾ ਸੱਚ ਦੀ ਗੱਲ ਕਰਨੀ ਆ ਅੱਤਵਾਦ ਦਾ ਹਮੀ ਨਹੀਂ ਪਰ ਸੱਚ ਦੀ ਗੱਲ ਕਰਨਾ ਜੇ ਉਹਨੂੰ ਕੋਈ ਖਾੜਕੂ ਕਵੇ ਉਹਨੂੰ ਜੋੜਾ ਮਰਜ਼ੀ ਕੋਈ ਕਿਸੇ ਗੱਲ ਦੇ ਨਾਲ ਤਸ਼ਬੀਹ ਦੇਵੇ ਮੈਂ ਉਹ ਆ ਮੈਂ ਸੱਚ ਦੀ ਗੱਲ ਕਰਦਾ ਇਹ ਗਾਣਾ ਪੱਤਾ ਪੱਤਾ ਸਿੰਘਾਂ ਦਾ ਵੈਰੀ ਲਿਖ ਕੇ ਹਾਂਜੀ ਹਾਂਜੀ ਤੇ ਹੋਰ ਬਹੁਤ ਸਾਰੇ ਗਾਣੇ ਲਿਖ ਕੇ ਤੁਹਾਡੀ ਆਰਥਿਕਤਾ ਦੇ ਵਿੱਚ ਸੁਧਾਰ ਕਿੰਨਾ ਕੁ ਹੋਇਆ ਆਰਥਿਕਤਾ ਦੇ ਵਿੱਚ ਸੁਧਾਰ ਤਾਂ ਸਭ ਨੂੰ ਹੀ ਪਤਾ ਆ ਕਿ ਰਾਈਟਰ ਨੂੰ ਕੀ ਮਿਲਦਾ ਆ ਅੱਜ ਕੱਲ੍ਹ ਗੀਤਕਾਰਾਂ ਦੇ ਜੋ ਹਾਲਾਤ ਆ ਸਭ ਨੂੰ ਪਤਾ ਆ ਮੇਰੇ ਤੋਂ ਬਹੁਤ ਵੱਡੇ ਵੱਡੇ ਜਿਹੜੇ ਆ ਰਾਈਟਰ ਆ ਉਹ ਵੀ ਵਿਚਾਰੇ ਗੁਰਬਤ ਦੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰਕੇ ਗਏ ਆ ਇਹ ਤਾਂ ਗੱਲ ਕਰੋ ਕਿ ਭਈ ਮਹਾਰਾਜ ਨੇ ਮੈਨੂੰ ਥੋੜ੍ਹਾ ਬਹੁਤਾ ਗਲਾ ਵੀ ਦਿੱਤਾ ਸੀ ਅਸੀਂ ਗਾਇਕੀ ਦੇ ਖੇਤਰ ਵਿੱਚ ਵੀ ਸੀ ਸਾਡਾ ਇਸ ਪਾਸਿਓਂ ਜ਼ਿਆਦਾਤਰ ਮੈਂ ਮੋਸਟਲੀ ਧਾਰਮਿਕ ਗਾਇਆ ਜਦੋਂ ਮੈਂ ਤੇ ਸਤਾਰਾ ਮਾਡਰਨ ਸਾਜ਼ਾਂ ਨਾਲ ਗਾਉਂਦੇ ਸੀ ਉਦੋਂ ਵੀ ਅਸੀਂ ਮੋਸਟਲੀ ਧਾਰਮਿਕ ਗਾਇਆ ਤੇ ਜੇ ਅਸੀਂ ਸੱਭਿਆਚਾਰਕ ਗਾਇਆ ਵੀ ਤਾਂ ਉਹ ਵੀ ਇਨਕਲਾਬੀ ਗਾਇਆ ਤੇ ਇਹਦਾ ਕਰਕੇ ਸਾਡਾ ਜਿਹੜਾ ਗੁਜ਼ਾਰਾ ਚੱਲੀ ਗਿਆ ਤੁਸੀਂ ਸਾਨੂੰ ਨਾ ਇੱਕ ਦੱਸਿਆ ਸੀਗਾ ਚਾਹ ਪੀਂਦੇ ਵੇਲੇ ਵੀ ਰਾਜਨੀਤੀ ਵਿੱਚ ਗੁੰਡਿਆਂ ਨੇ ਕਿਵੇਂ ਪੈਰ ਧਰ ਲਿਆ ਉਸ ਗੀਤ ਦੀ ਸਥਾਈ ਤੇ ਅੰਤਰਾ ਹੋ ਜੇ ਉਹ ਜਿਹੜੀ ਆਜ਼ਾਦੀ ਦੀ ਮੈਂ ਗੱਲ ਕੀਤੀ ਹੈ ਆਜ਼ਾਦੀ ਨੂੰ ਮੈਂ ਥੋੜ੍ਹੀ ਜਿਹੀ ਰੋਮਾਂਟਿਕ ਜਿਹੀ ਤਸ਼ਬੀਹ ਦਿੱਤੀ ਆ ਉਹਨੂੰ ਉਹ ਠੁਮਕ ਠੁਮਕ ਪਈ ਆਉਂਦੀ ਸੀ ਸਭਨਾਂ ਨੂੰ ਮਿਲਣਾ ਚਾਹੁੰਦੀ ਸੀ ਹੋ ਜੋ ਸਦਰਾਂ ਦੇ ਮਹਿਲ ਬਣਾਉਂਦੀ ਸੀ ਉਹ ਤੁਰਨੀ ਹੱਦ ਤੱਕ ਟਹਿ ਗਏ ਮੇਰੇ ਦੇਸ਼ ਦੀ ਆਜ਼ਾਦੀ ਨੂੰ ਕੁਝ ਗੁੰਡੇ ਚੁੱਕ ਕੇ ਲੈ ਗਏ ਮੇਰੇ ਦੇਸ਼ ਦੀ ਆਜ਼ਾਦੀ ਨੂੰ ਹਾਂ ਕੁਝ ਗੁੰਡੇ ਚੁੱਕ ਕੇ ਲੈ ਗਏ ਉਹ ਪਹਿਲਾਂ ਹੀ ਲੁੱਟੀ ਪੁੱਟੀ ਸੀ ਕੁਝ ਆਪਣਿਆਂ ਕੁਝ ਗੈਰਾਂ ਨੇ ਫਿਰ ਘਰ ਉਹਦਾ ਬਰਬਾਦ ਕੀਤਾ ਖੁਦ ਗਰਜ਼ ਜ਼ਨੂਨੀ ਕਾਇਰਾਂ ਨੇ ਹੋਏ ਉਹਦੇ ਨੈਣਾਂ ਵਿੱਚ ਜੋ ਸੁਪਨੇ ਸੀ ਉਹਦੇ ਨੈਣਾਂ ਵਿੱਚ ਜੋ ਸੁਪਨੇ ਸੀ ਸਭ ਹੰਝੂ ਬਣ ਕੇ ਵਹਿ ਗਏ ਮੇਰੇ ਦੇਸ਼ ਦੀ ਆਜ਼ਾਦੀ ਨੂੰ ਹਾਂ ਕੁਝ ਗੁੰਡੇ ਚੁੱਕ ਕੇ ਲੈ ਗਏ ਆ ਬਿਧੀਪੁਰੀ ਆ ਜਾਓਲਾ ਦੋਸ਼ ਦਵੇ ਦੱਸ ਕਿਹੜੇ ਮੂੰਹ ਨਾਲ ਹੋਰਾਂ ਨੂੰ ਜਦ ਘਰ ਦੇ ਰੱਖੇ ਕੁੱਤੇ ਹੀ ਰੋ ਦੱਸਦੇ ਹੋ ਬਣ ਚੋਰਾਂ ਨੂੰ ਕਿਆ ਬਾਤ ਉਹ ਅੰਨੀ ਪੀਂਦੀ ਕੁੱਤਾ ਚੱਟਦਾ ਏ ਅੰਨੀ ਪੀਂਦੀ ਕੁੱਤਾ ਚੱਟਦਾ ਏ ਤੇ ਅਸੀਂ ਝੂਰਨ ਜੋਗੇ ਹੀ ਰਹਿ ਗਏ ਮੇਰੇ ਦੇਸ਼ ਦੀ ਆਜ਼ਾਦੀ ਨੂੰ ਹਾਂ ਕੁਝ ਗੁੰਡੇ ਚੁੱਕ ਕੇ ਲੈ ਗਏ ਵਾਹ ਕੀ ਬਾਤ ਸਮੇਂ ਦਾ ਸੱਚਾ ਇਹੋ ਜਿਹੇ ਸੱਚ ਨੂੰ ਬਿਆਨ ਕਰਨਾ ਬਹੁਤ ਵੱਡੀ ਜ਼ਰੂਰਤ ਆ ਅੱਜ ਇਸ ਸੱਚ ਦੇ ਨਾਲ ਜੁੜਨਾ ਜ਼ਰੂਰੀ ਆ ਇਹ ਸੱਚ ਨੂੰ ਕਬੂਲ ਕਰਕੇ ਤੇ ਚੰਗਿਆਂ ਨੂੰ ਚੁਣਨਾ ਬਹੁਤ ਜ਼ਰੂਰੀ ਆ ਵੀ ਭਾਈ ਅਸੀਂ ਕਿੰਨਾ ਦੇ ਹੱਥ ਦੇ ਵਿੱਚ ਵਾਗਡੋਰ ਦੇਸ਼ ਦੀ ਸੌਂਪਦੇ ਹਾਂ ਕੋਈ ਵੀ ਹੋਵੇ ਅਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ ਤੁਹਾਡੇ ਗੀਤ ਆ ਜਿਹੜੇ ਉਹ ਹੁਣ ਤੱਕ ਦਰਜਨਾਂ ਕਲਾਕਾਰਾਂ ਨੇ ਗਾਏ ਆ ਹਾਂਜੀ ਸੈਂਕੜਿਆਂ ਦੀ ਗਿਣਤੀ 'ਚ ਗਾਏ ਗਏ ਆ ਬਿਲਕੁਲ ਪੰਜ ਉਹ ਗਾਣੇ ਜਿਹੜੇ ਕਿ ਸਿਰਮੌਰ ਤੁਹਾਨੂੰ ਬਣਾ ਗਏ ਹਾਂਜੀ ਜਿਹੜੇ ਸਿਖਰ ਦੇ ਉੱਤੇ ਪਹੁੰਚ ਗਏ ਉਹਨਾਂ ਦਾ ਵੇਰਵਾ ਵੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਲਓ ਕਈਆਂ ਦੇ ਚੇਤੇ ਦੇ ਵਿੱਚ ਇੱਕ ਗਾਣਾ ਹੁੰਦਾ ਕਿਸੇ ਨੇ ਕੋਈ ਹੋਰ ਸੁਣਿਆ ਹੁੰਦਾ ਕਿਸੇ ਨੇ ਹੋਰ ਉਹ ਦੱਸ ਦਿਓ ਦੇਖੋ ਖਾੜਕੂਵਾਦ ਦੇ ਦੌਰਾਨ ਜਿਹੜਾ ਲੋਕਾਂ 'ਤੇ ਤਸ਼ੱਦਦ ਹੋਇਆ
ਉਹਦੇ ਵਿੱਚੋਂ ਜਦੋਂ ਚਾਹੇ ਉਹ ਮਾਵਾਂ ਦੇ ਪੁੱਤ ਚਾਹੇ ਖਾੜਕੂਆਂ ਵੱਲੋਂ ਮਰੇ ਕਿਉਂਕਿ ਅਸਲ 'ਚ ਖਾੜਕੂ ਨਹੀਂ ਸੀ ਖਾੜਕੂਆਂ ਦੇ ਭੇਸ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਬਲੈਕ ਕੈਟ ਵੀ ਬੜੇ ਆਪਾਂ ਨੂੰ ਕੋਈ ਹੁਣ ਓਹਲੇ ਵਾਲੀ ਗੱਲ ਨਹੀਂ ਸਭ ਨੂੰ ਪਤਾ ਆ ਚਾਹੇ ਪੁੱਤ ਮਾਵਾਂ ਦੇ ਉਹਨਾਂ ਦੇ ਰਾਹੀਂ ਮਰੇ ਤੇ ਚਾਹੇ ਪੁਲਿਸ ਰਾਹੀਂ ਮਰੇ ਮਾਵਾਂ ਦੇ ਪੁੱਤ ਜਿਹੜੇ ਮਰੇ ਨਾ ਉਹ ਬੜਾ ਦੁੱਖਦਾਇਕ ਮਾਵਾਂ ਵਾਸਤੇ ਉਹ ਸਮਾਂ ਸੀ ਤੇ ਇੱਕ ਮੇਰਾ ਗੀਤ ਉਦੋਂ ਰਿਕਾਰਡ ਹੋਇਆ ਸੀ ਜਿਹਦੇ ਵਿੱਚ ਰਾਜ ਬਰਾੜ ਜੀ ਨੇ ਨਾਲ ਕੋਰਸ ਵੀ ਦਿੱਤਾ ਸੀ ਨਿਰਮਲ ਸਿੱਧੂ ਜੀ ਹੁਣਾਂ ਦਾ ਮਿਊਜ਼ਿਕ ਸੀਗਾ ਅੱਛਾ ਉਹ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜ਼ਰੂਰ ਜਿਹਦੇ ਜਿਗਰ ਦੇ ਟੋਟੇ ਨੂੰ ਮੌਤ ਖਾ ਗਈ ਬੈਠੀ ਕਿਸਮਤ ਦੀ ਮਾਰੀ ਓ ਮਾਰੋਵੇ ਹੋ ਜਿੱਥੋਂ ਉਹ ਕੇ ਸੁਣ ਕੇ ਹੋਈਆਂ ਉਦਾਸ ਪਾਉਣਾ ਹੋ ਜਿੱਥੋਂ ਜਿੱਥੋਂ ਦੀ ਗਈਆਂ ਉਥਾਰੋਵੇ ਸ਼ਾਇਦ ਸਿਵੇ ਦੀ ਅੱਗ ਦਾ ਸੇਕ ਲੱਗਾ ਤਾਂ ਬੋੜਾ ਤੇ ਪਿਪੜਾ ਦੀ ਸ਼ਾਰੋਵੇ ਹੋ ਰੋਵੇ ਸਿਵਿਆਂ ਚ ਬਹਿ ਕੇ ਲੰਬੇ ਲੰਬੇ ਹੋ ਕੇ ਲੈ ਕੇ ਹੋ ਰੋਵੇ ਸਿਵਿਆਂ ਚ ਬਹਿ ਕੇ ਲੰਬੇ ਲੰਬੇ ਹੋ ਕੇ ਲੈ ਕੇ ਮਾਰਤਾ ਵੇ ਦੋਸ਼ਾ ਪੁੱਤ ਮੇਰਾ ਇਹਨਾਂ ਜਾਲਮਾ ਨੇ ਪਾਪੀਆਂ ਦਾ ਕੱਖ ਨਾ ਰਵੇ ਕਿਸੇ ਦਾ ਰੱਬਾ ਪੁੱਤ ਨਾ ਮਰੇ ਕਿਸੇ ਦਾ ਰੱਬਾ ਪੁੱਤ ਨਾ ਮਰੇ ਵੇਖ ਪੁੱਤਾਂ ਤੇਰੀਆਂ ਬੇਹਾਲ ਹੋਈਆਂ ਭੈਣਾਂ ਵੇ ਹੋ ਰੋ ਰੋ ਕੇ ਵੇਖ ਕਿੰਜ ਹੋ ਗਈਆਂ ਸੁਦੈਣਾ ਵੇ ਕਿਹਦੇ ਇਹ ਨਾ ਗੋਡੀ ਉੱਤੇ ਬੰਨਣੀ ਐ ਰੱਖੜੀ ਵੇ ਕਿਹਦੇ ਇਹ ਨਾ ਗੋਡੀ ਉੱਤੇ ਬੰਨਣੀ ਐ ਰੱਖੜੀ ਵੇ ਹੋ ਰੋਣਗੀਆਂ ਬੈਠ ਕੇ ਕਰੇ ਕਿਸੇ ਦਾ ਰੱਬਾ ਪੁੱਤ ਨਾ ਮਰੇ ਕਿਸੇ ਦਾ ਰੱਬਾ ਪੁੱਤ ਨਾ ਮਰੇ ਦੱਸੀ ਮੈਨੂੰ ਪੁੱਤ ਬਿਧੀ ਪੁਰ ਵਾਲੇ ਜੋੜਾ ਵੇ ਇਹ ਭਰਿਆ ਦਿਲ ਕਰੂੰ ਕਿਹਦੇ ਨਾਲ ਹੋਲਾ ਵੇ ਹੋ ਭਰਿਆ ਇਹ ਦਿਲ ਕਰੂੰ ਕਿਹਦੇ ਕੋਲ ਹੋਲਾ ਵੇ ਆਸਾਂ ਅਤੇ ਖੁਸ਼ੀਆਂ ਦਾ ਹੋ ਗਿਆ ਕਤਲ ਪੁੱਤਾ ਆਸਾਂ ਅਤੇ ਖੁਸ਼ੀਆਂ ਦਾ ਹੋ ਗਿਆ ਕਤਲ ਪੁੱਤਾ ਉਹ ਰਹਿ ਗਏ ਅਰਮਾਨ ਨੇ ਤਰੇ ਕਿਸੇ ਦਾ ਰੱਬਾ ਪੁੱਤ ਨਾ ਮਰੇ ਕਿਸੇ ਦਾ ਰੱਬਾ ਪੁੱਤ ਨਾ ਮਰੇ ਕਿਸੇ ਦਾ ਰੱਬਾ ਪੁੱਤ ਨਾ ਮਰੇ ਵਾਹ ਭਾਵਕ ਕਰਤਾ ਸ਼ਬਦ ਖਤਮ ਹੋ ਜਾਂਦੇ ਨੇ ਬਹੁਤ ਵਿਰਾਗਮਈ ਗੀਤ ਹੈ ਇਹ ਜਿਨ੍ਹਾਂ ਦੇ ਘਰ ਦੇ ਵਿੱਚ ਜੋ ਕੁਝ ਵਾਪਰਿਆ ਬਿਲਕੁਲ ਜੀ ਉਹ ਜਦੋਂ ਇਹਨਾਂ ਸਤਰਾਂ ਨੂੰ ਸੁਣਨਗੇ ਉਹਨਾਂ ਦੇ ਮਨ ਦੇ ਉੱਤੇ ਕੀ ਬੀਤੂਗੀ ਇਹ ਮੈਂ ਮਹਿਸੂਸ ਕਰ ਸਕਦਾ ਬਿਲਕੁਲ ਸਹੀ ਚਾਹੇ ਉਹ ਸਮਾਂ ਉਦੋਂ ਦਾ ਸੀ ਚਾਹੇ ਅੱਜ ਦਾ ਸਮਾਂ ਹੈ ਜਿਹੜਾ ਮਾਪਿਆਂ ਦੇ ਬੱਚੇ ਮਰ ਜਾਂਦੇ ਆ ਪਤਾ ਉਹਨਾਂ ਨੂੰ ਹੁੰਦਾ ਮੌਜੂਦਾ ਸੰਘਰਸ਼ ਦੇ ਵਿੱਚ ਵੀ ਉਹ ਡੈਬਿਡਬਾ ਸਾਹਿਬ ਜੀ ਦੇ ਪੋਤੇ ਦੀ ਵੀ ਜਿਵੇਂ ਮੌਤ ਹੋਈ ਆ ਬਿਲਕੁਲ ਹੋਰ ਵੀ ਬਹੁਤ ਸਾਰੀਆਂ ਮੌਤਾਂ ਹੋਈਆਂ ਪਤਾ ਉਹਨਾਂ ਨੂੰ ਜਿਹਨਾਂ ਦੇ ਘਰਾਂ ਦੇ ਜੀ ਚਲੇ ਜਾਂਦੇ ਆ ਬਿਲਕੁਲ ਸਹੀ ਪਰ ਮੇਰਾ ਸਵਾਲ ਇਹ ਸੀਗਾ ਵੀ ਉਹ ਪੰਜ ਗਾਣੇ ਜਿਹੜੇ ਸਰਮੌਰ ਬਣਾ ਗਏ ਤੁਹਾਨੂੰ ਉਹਨਾਂ ਦਾ ਵੇਰਵਾ ਮੇਰੇ ਲਈ ਤਾਂ ਸਾਰੇ ਸਰਮੌਰ ਆ ਜਿੱਦਾਂ ਸਰਦੂਲ ਭਾਜੀ ਨੇ ਗਾਇਆ ਸੀਗਾ ਜਾਗ ਜਾਗ ਸਿੱਖੀਏ ਨੀ ਇੰਨਾ ਸੋਣਾ ਵੀ ਨੀ ਚੰਗਾ ਆਇਆ ਇਮਤਿਹਾਨ ਹੋਵੇ ਮੁੱਠੀ ਵਿੱਚ ਜਾਨ ਹੋਵੇ ਵੇਲਾ ਉਦੋਂ ਐਵੇਂ ਹੀ ਗਵਾਉਣਾ ਵੀ ਨੀ ਚੰਗਾ ਜਾਗ ਜਾਗ ਸਿੱਖੀਏ ਨੀ ਇੰਨਾ ਸੋਣਾ ਵੀ ਨੀ ਚੰਗਾ ਵੇਖ ਨੀ ਸਿੱਖੀਏ ਘਰ ਤੇਰੇ ਵਿੱਚ ਚੋਰ ਬਹਿ ਗਏ ਨੇ ਵੜ ਕੇ ਤੂੰ ਤਾਂ ਸੁੱਤੀ ਹੋ ਬੇਖਬਰੀ ਮੇਰਾ ਦਿਲ ਪਿਆ ਧੜਕੇ ਚੋਰ ਹੁਸ਼ਿਆਰ ਹੋਵੇ ਝੂਠਾ ਤੇ ਬਕਾਰ ਹੋਵੇ ਵੇਲਾ ਉਦੋਂ ਐਵੇਂ ਹੀ ਗਵਾਉਣਾ ਵੀ ਨੀ ਚੰਗਾ ਜਾਗ ਜਾਗ ਸਿੱਖੀਏ ਨੀ ਇੰਨਾ ਸੋਣਾ ਵੀ ਨੀ ਚੰਗਾ ਹੰਸਰਾਜ ਭਾਜੀ ਨੇ ਇੱਕ ਹੋਰ ਗੀਤ ਗਾਇਆ ਸੀਗਾ ਤੇਰਾ ਕਿੱਥੇ ਹੋ ਜਲਾਲ ਸਿੰਘਾ ਕਿੱਥੇ ਹੋ ਜਲਾਲ ਜਦੋਂ ਰੋਹੜ ਦਾ ਨਵਾਬੀਆਂ ਸੀ ਠੋਕਰਾਂ ਦੇ ਨਾਲ ਉਹ ਸਿੰਘਾ ਤੂੰ ਤਾਂ ਹੁਣ ਚੌਧਰਾਂ ਵੀ ਇੱਕ ਦੂਜੇ ਨਾਲ ਲੜੀ ਜਾਣਾ
ਉਹ ਵੀ ਵਕਤ ਸੀ ਜਦੋਂ ਨਵਾਬੀ ਤੇਰੇ ਪੈਰਾਂ ਵਿੱਚ ਰੁਲਦੀ ਰਹੀ, ਕਈ ਪੈਰ ਰੁਲਦੀ ਰਹੀ। ਉਹ ਕਹਿੰਦਾ ਸੀ ਤੂੰ ਬਣ ਜਾ ਨਵਾਬ, ਉਹ ਕਹਿੰਦਾ ਸੀ ਤੂੰ ਬਣ ਜਾ, ਉਹ ਕਹਿੰਦਾ ਸੀ ਤੂੰ ਬਣ ਜਾ। ਪਰ ਤੂੰ ਹੁਣ ਅੱਜ ਛੋਟੀਆਂ ਛੋਟੀਆਂ ਚੌਧਰਾਂ ਲਈ ਇੱਕ ਦੂਜੇ ਦੀਆਂ ਪੱਗਾਂ ਲਾਉਂਦਾ ਫਿਰਦਾ ਹੈ। ਤੇਰਾ ਕਿੱਥੇ ਹੋ ਜਲਾਲ ਸਿੰਘਾ, ਕਿੱਥੇ ਹੋ ਜਲਾਲ? ਤੇਥੋਂ ਚੌਧਰਾਂ ਨੇ ਗੁਰੂ ਦਾ ਪਿਆਰ ਖੋਲਿਆ, ਪੱਗਾਂ ਤੇਰੇ ਤੋਂ ਲਹਾ ਕੇ ਸਤਿਕਾਰ ਖੋਲਿਆ। ਉਹ ਹੁਣ ਚੌਧਰਾਂ ਲਈ ਲੜੇ, ਤੂੰ ਤਾਂ ਵੀਰਾਂ ਦੇ ਹੀ ਨਾਲ। ਤੇਰਾ ਕਿੱਥੇ ਹੋ ਜਲਾਲ ਸਿੰਘਾ, ਕਿੱਥੇ ਹੋ ਜਲਾਲ? ਵਾਹ, ਅਨੇਕਾਂ ਗੀਤ ਹੈ, ਮੈਂ ਕਿੰਨੀਆਂ ਕੁ ਦੀ ਗੱਲ ਕਰਾਂ। ਹਰ ਸਿੰਗਰ ਨੇ ਜਿਹੜਾ ਵੀ ਗਾਇਆ ਨਾ, ਉਹ ਇੱਕ ਦੂਜੇ ਤੋਂ ਉੱਪਰ ਦੀ ਗੀਤ ਹੈ। ਬਹੁਤ ਕਮਾਲ, ਤੁਹਾਡੇ ਅੰਦਰ ਇਹ ਕਲਾ ਨਾ ਜਿਹੜੀ, ਇਹ ਸਲਾਮ ਦੀ ਹੱਕਦਾਰ ਆ। ਬਿਲਕੁਲ ਸਹੀ, ਤੁਸੀਂ ਗਾਇਕ ਵੀ ਚੰਗੇ ਆ। ਮੈਂ ਤੁਹਾਨੂੰ ਬਹੁਤ ਘੱਟ ਸੁਣਿਆ, ਪਰ ਅੱਜ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਅਸੀਂ। ਧੰਨਵਾਦ ਜੀ, ਇਹ ਤਾਂ ਤੁਹਾਡਾ ਵਡੱਪਣ ਆ। ਵੈਸੇ ਗਾਇਕੀ ਬਹੁਤ ਦੂਰ ਪਈ ਹੈ, ਮਾੜਾ ਮੋਟਾ ਬੁੱਤਾ ਜਿਹਾ ਲਾ ਲਿਆ, ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗਾ ਲਿਆ, ਪ੍ਰਸ਼ਾਦਿਆਂ ਲਈ ਥੋੜਾ ਬਹੁਤ ਕਰ ਲਈਦਾ, ਕਿਉਂਕਿ ਲੇਖਕ ਨੂੰ ਤਾਂ ਮਿਲਦਾ ਕੱਖ ਨਹੀਂ। ਮੇਰਾ ਹੁਣ ਢਾਡੀ ਜਥਾ ਆ, ਪਹਿਲਾਂ ਮਾਡਰਨ ਸਾਜਾਂ ਨਾਲ ਗਾਉਂਦੇ ਰਹੇ, ਹੁਣ ਢਾਡੀ ਜਥਾ ਆ। ਜਾਣੀ ਪ੍ਰਸ਼ਾਦੇ ਪਾਣੀ ਦਾ ਮਾਲਕ ਨੇ ਪ੍ਰਬੰਧ ਕੀਤਾ ਥੋੜੀ ਬਹੁਤੀ ਜਿੰਨੀ ਕਿ। ਜੌਹਰ ਸਾਹਿਬ, ਆਪਾਂ ਨਾ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣਾ, ਪਰ ਪਹਿਲਾਂ ਇੱਕ ਨਿੱਕਾ ਜਿਹਾ ਵਕਫਾ ਲੈ ਲਈਏ ਜੀ। ਜੱਜ ਦਾ ਵਿਚਾਰ ਪ੍ਰਾਈਮੇਸ਼ਰ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚਾਹੀਦਾ ਵਿਚਾਰ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਸਵਰਨ ਸਿੰਘ ਟਹਿਣਾ ਤੇ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਜੌਲ ਬਿਧੀਪੁਰੀਆ ਜੀ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ ਬਾਈ ਜੀ। ਹੁਣ ਇੱਕ ਬੜਾ ਮਹੱਤਵਪੂਰਨ ਸਵਾਲ ਇਹ ਆ ਵੀ ਜਿਹੜੇ ਨਵੇਂ ਪੂਰ ਦੇ ਗੀਤਕਾਰ ਆ ਜਾਂ ਗਾਇਕ ਆ, ਹਾਂਜੀ, ਉਹ ਕਹਿੰਦੇ ਵੀ ਸਫਲ ਹੋਣ ਦੇ ਲਈ ਨਾ ਕਮਰਸ਼ੀਅਲ ਵਪਾਰਕ ਬਿਰਤੀ ਵਾਲਾ ਲਿਖਣਾ ਗਾਉਣਾ ਬਹੁਤ ਜ਼ਰੂਰੀ ਆ। ਹਾਂਜੀ, ਤੁਸੀਂ ਸਿਰਫ ਤੇ ਸਿਰਫ ਸੱਭਿਆਚਾਰਕ ਲਿਖਿਆ, ਤੁਸੀਂ ਸਿਰਫ ਤੇ ਸਿਰਫ ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਲਿਖਿਆ, ਹਾਂਜੀ, ਜਾਂ ਤੁਸੀਂ ਧਰਮ ਦੀ ਗੱਲ ਕੀਤੀ ਆ, ਤੁਹਾਨੂੰ ਕਿੰਨੀਆਂ ਕੁ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ? ਤੇ ਜਿਹੜੇ ਇਹ ਗੱਲ ਕਹਿੰਦੇ ਵੀ ਇਹੋ ਜਿਹੇ ਗੀਤਾਂ ਨੂੰ ਕੌਣ ਪੁੱਛਦਾ, ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਅਸੀਂ ਇਕੱਲੇ ਧਾਰਮਿਕ ਨਹੀਂ ਮੈਂ ਗੀਤ ਲਿਖੇ, ਮੈਂ ਸੱਭਿਆਚਾਰਕ ਉਹ ਗੀਤ ਲਿਖਿਆ ਜਿਹੜੇ ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਸਾਰੀਆਂ ਜਿਹੜਾ ਨਾ ਉਸ ਵੇਲੇ ਸੱਭਿਆਚਾਰ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, ਉਹਨਾਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਜਿਵੇਂ ਦਾਜ ਵਿਰੋਧੀ, ਭਰੂਣ ਹੱਤਿਆ ਤੇ ਹਰ ਪੱਖ ਤੋਂ ਮੈਂ ਜਿਹੜਾ ਨਾ ਸਮਾਜਿਕ ਬੁਰਾਈ ਤੇ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਔਰ ਪਹਿਲ ਦੇ ਆਧਾਰ ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਭਰੂਣ ਹੱਤਿਆ ਤੇ ਵੀ ਸਭ ਤੋਂ ਪਹਿਲਾਂ ਮੈਂ ਲਿਖਿਆ, ਔਰ ਦਾਜ ਤੇ ਤਾਂ ਚਲੋ ਪਹਿਲਾਂ ਗੱਲਬਾਤ ਚੱਲਦੀ ਸੀ, ਉਹਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਮੈਂ ਫਸਟ ਨਹੀਂ, ਬਟ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਵੇਂ ਨਸ਼ਿਆਂ ਤੇ ਵੀ ਸਭ ਤੋਂ ਪਹਿਲਾਂ ਗੀਤ ਮੈਂ ਤਕਰੀਬਨ ਆਵਾਜ਼ ਬੁਲੰਦ ਕੀਤੀ ਹੈ। ਨਸ਼ਿਆਂ ਵਿੱਚੋਂ ਡੁੱਬਦੀ ਲਈ ਹੈ ਕੱਢ ਜ਼ਵਾਨੀ ਨੂੰ, ਗੁਰਧਾਮਾਂ ਵਿੱਚ ਸੰਗ ਮਾਰ ਮਾਰ ਨੂੰ ਫੇਰ ਲਵਾ ਲਾਂਗੇ, ਪੰਥ ਦਰਦਿਓ ਪਹਿਲਾਂ ਆਪਣੀ ਪੱਗ ਸੰਭਾਲ ਲਈਏ, ਘਰ ਦੇ ਮਸਲੇ ਬਹਿ ਕੇ ਆਪਾਂ ਫੇਰ ਮੁਕਾ ਲਾਂਗੇ। ਵਾਹ, ਕੀ ਬਾਤ ਹੈ, ਪੂਰਾ ਕਰੋ ਇਹਨੂੰ। ਹਾਂਜੀ, ਕਿਉਂਕਿ ਇਹ ਨਸ਼ਿਆਂ ਵਿੱਚ ਸਾਡੀ ਜਵਾਨੀ ਗਰਕਦੀ ਜਾ ਰਹੀ ਹੈ, ਉਹਨੂੰ ਬਚਾ ਲਈਏ ਜੀ। ਸਾਡੇ ਜਿਹੜੇ ਗੁਰਧਾਮਾਂ ਦੇ ਵਿੱਚ ਅਸੀਂ ਸੰਗ ਮਾਰ ਮਾਰ ਲਵਾਉਣ ਡੇ, ਅਸੀਂ ਉਹ ਕੀ ਕਰਨੀ ਹੈ ਜੇ ਸਾਡੇ ਬੱਚੇ ਨਾ ਵਜੇ ਤਾਂ। ਇਹ ਮੇਰਾ ਸੰਨ 1998 ਦੇ ਵਿੱਚ ਇਹ ਮੇਰਾ ਗੀਤ ਆਇਆ ਸੀ। ਕੋਸ਼ਿਸ਼ ਕੀਤੀ ਹੈ ਹਰ ਵਕਤ ਤੇ ਜਿੱਦਾਂ ਜਿੱਦਾਂ ਦੀ ਲੋੜ ਹੈ ਉਹਦੇ ਮੁਤਾਬਕ, ਕਈ ਜਿਹੜੇ ਆ ਹੁਣ ਪੰਥ ਦੇ ਨਾਂ ਤੇ ਇਸ ਚੀਜ਼ ਦੇ ਵਿੱਚ ਵੀ ਰੋਟੀਆਂ ਸੇਕੀ ਜਾਂਦੇ ਆ ਕਿ ਪੰਥ ਨੂੰ ਬਹੁਤ ਖਤਰਾ ਹੋ ਗਿਆ ਜੀ, ਸਿੱਖੀ ਨੂੰ ਬਹੁਤ ਖਤਰਾ ਹੋ ਗਿਆ। ਮੈਂ ਉਹਦੇ ਤੇ ਵੀ ਗੱਲ ਕੀਤੀ ਹੈ, ਕੌਣ ਕਹਿੰਦਾ ਸਿੱਖੀ ਨੂੰ ਖਤਰਾ ਆ? ਸਿੱਖੀ ਜਿਹੜੀ ਹੈ, ਧਰਮ ਜਿਹੜਾ ਆ, ਉਹ ਮਨੁੱਖਾਂ ਦੀ ਲੋੜ ਆ, ਧਰਮ ਨੂੰ ਬੰਦਿਆਂ ਦੀ ਲੋੜ ਨਹੀਂ, ਬੰਦਿਆਂ ਨੂੰ ਧਰਮ ਦੀ ਲੋੜ ਆ, ਕਿਉਂਕਿ ਜੇ ਬੇੜੀ ਪਾਰ ਲਾਉਣੀ ਹੈ ਧਰਮ ਦੀ ਲੋੜ ਹੈ। ਸਿੱਖੀ ਨੂੰ ਕੋਈ ਨੀ ਖਤਰਾ, ਇਹ ਨਹੀਂ ਉਹ ਖੇਡ ਸਰੀਰਾਂ ਦੀ, ਇਹ ਹੈ ਮਸਤੀ ਨਾਂ ਦੇ ਰਸੀਆਂ ਦੀ ਤੇ ਦੌਲਤ ਸ਼ੇਰ ਫਕੀਰਾਂ ਦੀ। ਇਹ ਸ਼ੇਰ ਫਕੀਰਾਂ ਦੀ ਦੌਲਤ ਆ, ਇਹ ਇਹਨੂੰ ਕੀ ਖਤਰਾ ਹੋ ਸਕਦਾ? ਸਿੱਖੀ ਨੂੰ ਕਹਿੰਦੇ ਖਤਰਾ ਨੀ ਹੋ ਸਕਦਾ। ਇਹ ਜਿਹੜੀ ਆ ਉਹ ਧੁਰੋਂ ਅਕਾਲ ਪੁਰਖ ਨੇ ਜਿਹੜੀ ਸਾਜੀ ਹੈ, ਉਹਦੇ ਹੁਕਮ ਦੇ ਨਾਲ ਸਿੱਖੀ ਪ੍ਰਗਟ ਹੋਈ ਆ। ਇਹਨੂੰ ਜੇ ਕੋਈ ਸਾਜਿਸ਼ਕਾਰੀ ਜਾਂ ਕੋਈ ਹੋਰ ਵਿਅਕਤੀ ਜੇ ਉਹਨੂੰ ਖਤਮ ਕਰ ਦਊ, ਤਾਂ ਫਿਰ ਰੱਬ ਨਾ ਵੱਡਾ ਹੋਇਆ, ਫਿਰ ਉਹ ਵਿਅਕਤੀ ਵੱਡੇ ਹੋਏ। ਬਿਲਕੁਲ ਸਹੀ, ਬਹੁਤ ਖੂਬ ਜੀ। ਪਰ ਟਾਣਾ ਸਾਹਿਬ ਦਾ ਸਵਾਲ ਇਹ ਸੀ ਕਿ ਇਹੋ ਜਿਹਾ ਸੱਚ ਬੋਲਣ ਲੱਗਿਆ ਬਹੁਤ ਸਾਰੀਆਂ ਸਮੱਸਿਆਵਾਂ ਅੱਗੇ ਆਉਂਦੀਆਂ ਨੇ, ਕਿਉਂਕਿ ਸਮੱਸਿਆਵਾਂ, ਬਿਲਕੁਲ ਮੈਂ ਭੁੱਲ ਗਿਆ, ਸਮੱਸਿਆਵਾਂ ਆਉਂਦੀਆਂ ਨੇ ਕਿਉਂਕਿ ਸਮਾਜ ਦੇ ਵਿੱਚ ਜਿਹੜੇ ਆ ਇਨਕਲਾਬ ਦਾ ਸਾਥ ਦੇਣ ਵਾਲੇ ਲੋਕ ਬਹੁਤ ਘੱਟ ਹੁੰਦੇ ਆ, ਖਾਸ ਕਰਕੇ ਜਿਹੜਾ ਪੈਸੇ ਵਾਲਾ ਵਰਗ ਆ ਨਾ, ਉਹ ਜਿਹੜਾ ਉਹ ਇੱਕ ਇਹੋ ਜਿਹੇ ਤਾਣੇ ਬਾਣੇ ਵਿੱਚ ਉਲਝਿਆ ਹੋਇਆ ਕਿ ਉਹ ਮਿਆਵੀ ਤਮਾਸ਼ੇ ਦੇ ਵਿੱਚ ਉਲਝਿਆ ਹੋਇਆ, ਉਹਨਾਂ ਲੋਕਾਂ ਨੂੰ ਪ੍ਰਮੋਟ ਕਰਦਾ ਜਿਹੜੇ ਆਪ ਮਿਆਵੀ ਤਮਾਸ਼ੇ ਵਿੱਚ ਰੁੱਝੇ ਹੋਏ ਆ। ਇਸੇ ਕਰਕੇ ਹੀ ਉਹਨਾਂ ਲੋਕਾਂ ਦੇ ਕੋਲ ਪੈਸਾ ਜ਼ਿਆਦਾ ਆ ਜਿਹੜੇ ਕਿ ਸਮਾਜ ਦੇ ਵਿੱਚ ਗੰਧਲਾਪਨ ਫੈਲਾ ਰਹੇ ਆ, ਬਿਲਕੁਲ, ਔਰ ਉਹ ਉਸੇ ਪੈਸੇ ਦੇ ਨਾਲ ਉਸ ਗੰਧਲੇਪਨ ਨੂੰ ਪ੍ਰਮੋਟ ਕਰ ਰਹੇ ਆ ਚੈਨਲਾਂ 'ਚ, ਹਰ ਥਾਂ 'ਤੇ, ਜਿੱਥੇ ਵੀ। ਆਹ ਤਾਂ ਤੁਹਾਡਾ ਧੰਨਵਾਦ ਆ ਕਿ ਜਿਹੜਾ ਹੁਣ ਆਹ ਜਿਹੜਾ ਮੀਡੀਆ ਚੱਲ ਪਿਆ, ਇਹਨਾਂ ਨੇ ਤੁਸੀਂ ਸਾਨੂੰ ਜਿਹੜਾ ਨਾ ਕੋਈ ਚੰਗੀ ਗੱਲ ਕਰਨ ਵਾਲਿਆਂ ਨੂੰ ਵੀ ਲੋਕਾਂ ਦੇ ਸਾਹਮਣੇ ਲਿਆ ਰਹੇ ਹੋ। ਇੱਕ ਗੱਲ ਹੋਰ ਵੀ ਆ ਵੀ ਜਦੋਂ ਕੋਈ
ਲਿਚਕੜੀ ਚਗਈਆਂ ਵਾਲਾ ਗੀਤ ਗਾਉਂਦਾ ਹਾਂਜੀ ਉਹ 5-5 ਲੱਖ ਰੁਪਈਆ 7-7 ਲੱਖ ਰੁਪਈਆ ਇੱਕ ਪ੍ਰੋਗਰਾਮ ਦਾ ਲੈਣ ਲੱਗ ਜਾਂਦੇ ਆ ਹਾਂਜੀ ਪਰ ਤੁਸੀਂ ਇੰਨੇ ਸੱਭਿਅਕ ਇੰਨੇ ਸਮਾਜਿਕ ਇੰਨੇ ਧਾਰਮਿਕ ਬਹੁਤ ਸਾਰੇ ਰੰਗਾਂ ਵਾਲੇ ਗੀਤ ਪੇਸ਼ ਕੀਤੇ ਆ ਚੰਗੇ ਗੀਤ ਗਾਉਣ ਵਾਲੇ ਨੂੰ ਨਾ ਬੰਦਾ 5100 ਰੁਪਈਆ ਦੇਣ ਵੇਲੇ ਉਹਨੂੰ ਦੰਦਲਾ ਪੈਂਦੇਗਾ ਬਿਲਕੁਲ ਤੇ ਫਿਰ ਉਹਨਾਂ ਬਾਰੇ ਕੀ ਕਹੋਗੇ ਇਹੀ ਆ ਨਾ ਵੀ ਜ਼ਿਆਦਾਤਰ ਪੈਸਾ ਜਿਹੜਾ ਉਹ ਮੂਰਖਾਂ ਦੇ ਹੱਥ 'ਚ ਆ ਗਿਆ ਮੈਂ ਸੋਰੀ ਮੈਂ ਮਾਫੀ ਚਾਹੁੰਦਾ ਜ਼ਿਆਦਾਤਰ ਸਾਰੇ ਨਹੀਂ ਬਹੁਤ ਸਾਰੇ ਇਹੋ ਜਿਹੇ ਵੀ ਨੇਕ ਬੰਦੇ ਆ ਜਿਨ੍ਹਾਂ ਨੇ ਲੋਕਾਂ ਵਾਸਤੇ ਭੁੱਖਿਆਂ ਵਾਸਤੇ ਲੰਗਰ ਵੀ ਲਾਏ ਆ ਅੱਜ ਆਕਸੀਜਨ ਵੀ ਵੰਡ ਰਹੇ ਆ ਥਾਂ ਥਾਂ ਤੇ ਲੋਕਾਂ ਦੀ ਮਦਦ ਕਰ ਰਹੇ ਆ ਪਰ ਬਹੁਤਾ ਜਿਹੜਾ ਮੂਰਖਾਂ ਦੇ ਹੱਥ ਵਿੱਚ ਪੈਸਾ ਆ ਗਿਆ ਉਹਨਾਂ ਨੇ ਇਹਨਾਂ ਲੋਕਾਂ ਨੂੰ ਜਿਹੜਾ ਆ ਨਾ ਅਤਾਹ ਚੱਕਣ ਦੇ ਵਿੱਚ ਯੋਗਦਾਨ ਪਾਇਆ ਬਾਕੀ ਰਹੀ ਗੱਲ ਜਿਹੜੇ ਸਮਾਜ ਦੇ ਵਿੱਚ ਗੰਦਗੀ ਫੈਲਾਉਂਦੇ ਆ ਮੈਂ ਉਹਨਾਂ ਨੂੰ ਵੀ ਆਖਿਆ ਸੀ ਕਿ ਭਈ ਮਿੱਤਰੋ ਮੰਨ ਲਓ ਇੱਕ ਬਸਤੀ ਹੈ ਝੁੱਗੀਆਂ ਆ ਉਹਦੇ ਵਿੱਚ ਜੇ ਕੋਈ ਵਿਅਕਤੀ ਚਾਹੇ ਕਿ ਭਈ ਮੈਂ ਅੱਗ ਲਾ ਕੇ ਬਾਕੀ ਬਸਤੀ ਨੂੰ ਸਾੜ ਦਵਾਂ ਤੇ ਮੇਰੀ ਜਿਹੜੀ ਆ ਝੁੱਗੀ ਵੱਜ ਜਾਵੇ ਏਦਾਂ ਕਦੇ ਨਹੀਂ ਹੋ ਸਕਦਾ ਸਹੀ ਤੇਰਾ ਵੀ ਘਰ ਉਸੇ ਬਸਤੀ ਚ ਤੂੰ ਜਿਹੜੀ ਬਸਤੀ ਨੂੰ ਅੱਗ ਲਾਉਣਾ ਤੇਰੇ ਨਾਲ ਉਹੀ ਹੋਵੇਗੀ ਤੂੰ ਜਿਹੜੀ ਲੋਕਾਂ ਦੇ ਲਈ ਚਾਹੁੰਦਾ ਤੇਰਾ ਵੀ ਘਰ ਉਸੇ ਬਸਤੀ ਚ ਤੂੰ ਜਿਹੜੀ ਬਸਤੀ ਨੂੰ ਅੱਗ ਲਾਉਣਾ ਉਹ ਤੂੰ ਲੋਕਾਂ ਘਰ ਜ਼ਮੀਆਂ ਨੂੰ ਹੀਰੇ ਕੇ ਹੱਕ ਤੜਕੇ ਹੋ ਪਤਾ ਲੱਗੂ ਜਦ ਘਰ ਤੇਰੇ ਕੋਈ ਹੀ ਆ ਗਿਆ ਮਿਰਜ਼ਾ ਬਣ ਕੇ ਫਿਰ ਰਾਂਝੇ ਨੇ ਨੀ ਆਉਣਾ ਹੈ ਜੋਰੇ ਵਾਲਾ ਆਊਗਾ ਹੋ ਤੂੰ ਲੋਕਾਂ ਘਰ ਜ਼ਮੀਆਂ ਨੂੰ ਹੀਰੇ ਕੇ ਹੱਕ ਤੜਕੇ ਹੋ ਪਤਾ ਲੱਗੂ ਜਦ ਘਰ ਤੇਰੇ ਕੋਈ ਹੀ ਆ ਗਿਆ ਮਿਰਜ਼ਾ ਬਣ ਕੇ ਘਰ ਜੰਮੀ ਸਾਹਿਬਾ ਨੂੰ ਘਰ ਜੰਮੀ ਸਾਹਿਬਾ ਨੂੰ ਫਿਰ ਤੂੰ ਦੇਣੇ ਮੂੰਹ ਸਮਝਾਉਣਾ ਤੇਰਾ ਵੀ ਘਰ ਉਸੇ ਬਸਤੀ ਚ ਤੂੰ ਜਿਹੜੀ ਬਸਤੀ ਨੂੰ ਅੱਗ ਲਾਉਣਾ ਵਾਹ ਕੀ ਬਾਤ ਹੈ ਬਿਲਕੁਲ ਸਹੀ ਕਿਉਂਕਿ ਜੇ ਸਮਾਜ ਦੇ ਵਿੱਚ ਗੰਧਲਾਪਨ ਪੈਦਾ ਕਰਾਂਗੇ ਬੱਚੀਆਂ ਸਾਡੀਆਂ ਵੀ ਉਹਦੇ ਵਿੱਚ ਹੀ ਪੜਨੀਆਂ ਕੋਈ ਨਾ ਕੋਈ ਜਿਹੜਾ ਫਿਰ ਜ਼ਰੂਰ ਗਲਤ ਕੁਛ ਨਾ ਕੁਛ ਹੋਏਗਾ ਬਿਲਕੁਲ ਸਹੀ ਜੌਲ ਵਧੀਪਰ ਵਾਲੇ ਦੀ ਗੱਲ ਝੂਠ ਨਾ ਜਾਣੀ ਮਾਸਾ ਰੋਣਾ ਵੰਡਣ ਵਾਲੇ ਦੇ ਘਰ ਰਵੇ ਨਾ ਟਿਕਿਆ ਹਾਸਾ ਫਲ ਮਿਲਦਾ ਕੀਤੀ ਦਾ ਭਾਵੇਂ ਲੱਖ ਦਰਵੇਸ਼ ਕਹੋ ਨਾ ਤੇਰਾ ਵੀ ਕਰਿਓ ਉਸੇ ਬਸਤੀ ਤੇ ਜਿਹੜੀ ਬਸਤੀ ਨੂੰ ਅੱਗ ਲਾਉਣਾ ਵਾਹ ਸਮੇਂ ਦਾ ਸੱਚ ਬਿਲਕੁਲ ਸਹੀ ਇਹ ਸਾਰੀਆਂ ਗੱਲਾਂ ਅੱਜ ਵੀ ਸੱਚ ਬਣ ਕੇ ਸਾਹਮਣੇ ਸਾਡੇ ਆਈਆਂ ਨੇ ਅੱਜ ਦੇ ਸਮਾਜ ਦੇ ਲਈ ਵੀ ਇਹ ਸਾਰੀਆਂ ਗੱਲਾਂ ਸੱਚੀਆਂ ਨੇ ਇਸ ਵੇਲੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਕਿਸਾਨੀ ਦਾ ਸੰਘਰਸ਼ ਉਹਨਾਂ ਦੇ ਹਾਲਾਤਾਂ ਦੇ ਉੱਪਰ ਉਸ ਸੰਘਰਸ਼ ਦੇ ਲਈ ਵੀ ਕੋਈ ਦੋ ਬੋਲ ਲਿਖੇ ਨੇ ਜੀ ਜਦੋਂ ਦਿੱਲੀ ਨੂੰ ਜਾਣਾ ਸੀ ਨਾ ਕਿਸਾਨਾਂ ਨੇ ਦਿੱਲੀ ਜਾਣ ਦਾ ਇਹਨਾਂ ਨੇ ਪ੍ਰੋਗਰਾਮ ਉਲੀਕਿਆ 26 ਨਵੰਬਰ ਹਾਂਜੀ ਉਦੋਂ ਪਹਿਲਾਂ ਇੱਕ ਮੇਰਾ ਗੀਤ ਰਿਕਾਰਡ ਹੋਇਆ ਸੀ ਭਈ ਦਿੱਲੀ ਨੂੰ ਸੁਚੇਤ ਕੀਤਾ ਸੀ ਉਹ ਝੰਡੇ ਝੂਲੇ ਦੇ ਨਗਾਰੇ ਆਉਂਦੇ ਬਾਜੀ ਦੇ ਹੋ ਜਾ ਹੁਸ਼ਿਆਰ ਦਿੱਲੀ ਇਹ ਨੀ ਝੰਡੇ ਝੂਲਦੇ ਹੋ ਜਾ ਕੇ ਚੜਕੇ ਕਿਸਾਨ ਜੋਧੇ ਸੂਰਮੇ ਆਉਂਦੇ ਚੜਕੇ ਆਓ ਵੇਖ ਆਉਂਦੇ ਚੜਕੇ ਕਿਸਾਨ ਜੋਧੇ ਸੂਰਮੇ ਹੋ ਆਰ ਪਾਰ ਦਿੱਲੀ ਇਹ ਨੀ ਝੰਡੇ ਝੂਲਦੇ ਤੈਨੂੰ ਜਿਹੜਾ ਤਾਗ ਤੰਦਾ ਹੋਇਆ ਇਹ ਗਰੂਰ ਨੀ ਝੰਡੇ ਝੂਲਦੇ ਨਗਾਰੇ ਆਉਂਦੇ ਬਾਜੀ ਦੇ ਹੋ ਜਾ ਹੁਸ਼ਿਆਰ ਦਿੱਲੀ ਨੀ ਝੰਡੇ ਝੂਲਦੇ ਬਹੁਤ ਖੂਬ ਇੱਕ ਮੇਰੇ ਬੇਟੇ ਨੇ ਗੀਤ ਗਾਇਆ ਸੀਗਾ ਜੀ ਦਿੱਲੀ ਨੀ ਹੈਕ ਠੋਕ ਕਹਿਣ ਆਏ ਆ ਹੋ ਦਿੱਲੀ ਨੀ ਹੈਕ ਠੋਕ ਕਹਿਣ ਆਏ ਆ ਮੰਗਦੇ ਨੀ ਭੀਖ ਹੱਕ ਲੈਣ ਆਏ ਆ ਹੋ ਲੋਕਾਂ ਦੀਆਂ ਖੁਸ਼ੀਆਂ ਨੂੰ ਖੋਣ ਵਾਲਿਓ ਸਭ ਕੁਝ ਲੁੱਟ ਕੇ ਵੀ ਰੋਣ ਵਾਲਿਓ ਲੋਕਾਂ ਦੀਆਂ ਖੁਸ਼ੀਆਂ ਨੂੰ ਖੋਣ ਵਾਲਿਓ ਸਭ ਕੁਝ ਲੁੱਟ ਕੇ ਵੀ ਰੋਣ ਵਾਲਿਓ ਤੁਹਾਡੀਆਂ ਜੜਾਂ ਦੇ ਵਿੱਚ ਬਹਿਣ ਆਏ ਆ ਮੰਗਦੇ ਨੀ ਭੀਖ ਹੱਕ ਲੈਣ ਆਏ ਆ ਉਹ ਮੰਗਦੇ ਨੀ ਭੀਖ ਹੱਕ ਲੈਣ ਆਏ ਆ ਬਹੁਤ ਕਮਾਲ ਬਹੁਤ ਹੀ ਕਮਾਲ ਕਰ ਦਿੱਤੀ ਸਿਰਾ ਬਹੁਤ ਖੂਬਸੂਰਤ ਅੰਦਾਜ਼ ਤੁਸੀਂ ਢਾਡੀ ਜਥਾ ਬਣਾਇਆ ਹਾਂਜੀ ਲੰਮੇ ਸਮੇਂ ਤੋਂ ਕਈ ਦਹਾਕਿਆਂ ਤੋਂ ਪ੍ਰੋਗਰਾਮ ਲਾਉਂਦੇ ਹੋ ਹਾਂਜੀ ਠੀਕ ਹੈ ਕੰਮ
ਬਹੁਤ ਵਧੀਆ ਜਾਂ ਸਮੇਂ ਦੇ ਨਾਲ ਜਿਹੜੀ ਢਾਡੀ ਪਰੰਪਰਾ ਉਹਨੂੰ ਵੀ ਬਹੁਤ ਵੱਡੀ ਸੱਟ ਵੱਜੀ ਆ ਨਹੀਂ ਉਹ ਤਾਂ ਹੈ ਆ ਨੈਚੁਰਲ ਵੈਸੇ ਤਾਂ ਸਾਰੇ ਸਮਾਜ ਦੇ ਵਿੱਚ ਹੀ ਜਿਹੜਾ ਆ ਨਾ ਇਸ ਲੋਕਡਾਊਨ ਨੇ ਜਿਹੜਾ ਲੱਕ ਤੋੜ ਦਿੱਤਾ ਲੋਕਡਾਊਨ ਕਹਿੰਦਾ ਲੱਕ ਤੋੜੀ ਸੀਗਾ ਇਹੋ ਬਿਲਕੁਲ ਤੇ ਜਿਹੜਾ ਧਾਰਮਿਕ ਜਿਹੜੇ ਵਿਅਕਤੀ ਉਹਨਾਂ ਦਾ ਗੁਜ਼ਾਰਾ ਵੀ ਜਿਹੜਾ ਨਾ ਉਹ ਬੜਾ ਹਿਸਾਬ ਦੇ ਨਾਲ ਹੀ ਚੱਲਦਾ ਹੁੰਦਾ ਤੇ ਸੋ ਸਾਰਾ ਸਰਕਲ ਸਾਡਾ ਰੁਕਿਆ ਪਰ ਮਹਾਰਾਜ ਦੀ ਕਿਰਪਾ ਨਾਲ ਪ੍ਰਸ਼ਾਦਾ ਪਾਣੀ ਚੱਲੀ ਉਦਾਂ ਵੀ ਵੈਸੇ ਢਾਡੀ ਪਰੰਪਰਾ ਦੀ ਕਿਸੇ ਵੇਲੇ ਬਹੁਤ ਵੱਡੀ ਵਡਿਆਈ ਵੀ ਸੀ ਤੂਤੀ ਵੀ ਬੋਲਦੀ ਸੀ ਸਮੇਂ ਦੇ ਨਾਲ ਬਦਲੇ ਸਾਧਨਾ ਦੇ ਕਰਕੇ ਤਾਂ ਮਾਤ ਪਈ ਥੋੜੀ ਜਿਹੀ ਮਾਰ ਪਈ ਆ ਬਿਲਕੁਲ ਪਈ ਆ ਜੀ ਬਿਲਕੁਲ ਮਾਰ ਪਈ ਆ ਜੀ ਸਾਰੀ ਦੁਨੀਆ ਦੇ ਨਾਲ ਹੀ ਪਈ ਆ ਔਰ ਪਰ ਸਾਡੇ ਤਬਕੇ ਨੂੰ ਥੋੜੀ ਜ਼ਿਆਦਾ ਪਈ ਆ ਜੀ ਪਰ ਜੇਕਰ ਲੋਕਡਾਊਨ ਤੋਂ ਪਹਿਲਾਂ ਦੀ ਵੀ ਆਪਾਂ ਗੱਲ ਕਰੀਏ ਤਾਂ ਲੋਕ ਜਿਹੜਾ ਹੈ ਹੈਗੇ ਨੇ ਉਹ ਆਪਣਾ ਕਿਤੇ ਨਾ ਕਿਤੇ ਥੋੜਾ ਜਿਹਾ ਇੰਟਰਸਟ ਕਹਿ ਲਈਏ ਜਾਂ ਥੋੜਾ ਜਿਹਾ ਸੁਭਾਅ ਉਹਨਾਂ ਨੇ ਆਪਣਾ ਬਦਲ ਲਿਆ ਦਿਲਚਸਪੀ ਥੋੜੀ ਜਿਹੀ ਢਾਡੀ ਪ੍ਰਥਾ ਨਾਲ ਉਹ ਘਟਾ ਲਈ ਹੈ ਹੁਣ ਲੋਕ ਬਹੁਤਾ ਕਿਉਂਕਿ ਅੱਗੇ ਹੁੰਦਾ ਸੀ ਕਿ ਢਾਡੀਆਂ ਨੂੰ ਸੁਣਨ ਦੇ ਲਈ ਉਚੇਚੇ ਤੌਰ ਤੇ ਲੋਕ ਜਾਂਦੇ ਸੀ ਕਿ ਕੁਛ ਸਿੱਖਾਂਗੇ ਕੁਛ ਜਾਣਾਂਗੇ ਆਪਣੇ ਇਤਿਹਾਸ ਦੇ ਬਾਰੇ 'ਚ ਕੁਛ ਪਤਾ ਲੱਗੇਗਾ ਪਰ ਹੁਣ ਲੋਕ ਉਨੀ ਦਿਲਚਸਪੀ ਨਹੀਂ ਦਿਖਾਉਂਦੇ ਨਹੀਂ ਦਿਖਾਉਂਦੇ ਜੀ ਬਿਲਕੁਲ ਬਹੁਤ ਜ਼ਿਆਦਾ ਫਰਕ ਪੈ ਗਿਆ ਸਮਾਜ ਦੇ ਵਿੱਚ ਗੰਧਲਾਪਨ ਜਿਹੜਾ ਬਹੁਤ ਜ਼ਿਆਦਾ ਆ ਗਿਆ ਸ਼ਾਇਦ ਇਸੇ ਕਰਕੇ ਹੀ ਮੈਂ ਤੁਹਾਨੂੰ ਇੱਕ ਲਾਸਟ ਤੇ ਜੇ ਮੇਰਾ ਗੀਤ ਰਿਕਾਰਡ ਹੋਣ ਵਾਲਾ ਮੈਂ ਉਹ ਸਮਾਜ ਦੇ ਹਾਲਾਤਾਂ ਤੇ ਕਿ ਭਈ ਹਾਲਾਤ ਇੰਨੇ ਕੁ ਜ਼ਿਆਦਾ ਬਦਤਰ ਹੋ ਗਏ ਅਸੀਂ ਇਕੱਲੇ ਜਿਹੜਾ ਆ ਸਰਕਾਰਾਂ ਨੂੰ ਨਹੀਂ ਕਹਿ ਸਕਦੇ ਸਾਡੀ ਆਪਣੀ ਮਾਨਸਿਕਤਾ ਵੀ ਜਿਹੜੀ ਬਹੁਤ ਵਿਗੜ ਗਈ ਆ ਕੋਈ ਸਾਡੇ ਲਾ ਲਓ ਜਿੱਥੇ ਵੀ ਕਿਸੇ ਦਾ ਹੱਥ ਪੈਂਦਾ ਉੱਥੇ ਅਸੀਂ ਕੁਛ ਨਾ ਕੁਛ ਜਿਹੜਾ ਨਾ ਆਪਣੇ ਵੱਲੋਂ ਖਿੱਚਣ ਦੀ ਕੋਸ਼ਿਸ਼ ਕਰਦੇ ਆ ਅਫਸਰ ਜਿਹੜੇ ਕੋਈ ਲੱਖ ਲੱਖ ਰੁਪਈਆ ਵੀ ਤਨਖਾਹ ਲੈਣ ਵਾਲੇ ਆ ਉਹ ਵੀ ਰਿਸ਼ਵਤ ਤੇ ਆਪਣੀ ਅੱਖ ਰੱਖਦੇ ਆ ਭਾਵੇਂ ਕਿ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਸਰਕਾਰਾਂ ਦਾ ਜਾਂ ਸਰਕਾਰਾਂ ਚਾਹੁਣ ਤਾਂ ਇਸ ਸਭ ਕਾਸੇ ਨੂੰ ਨੱਥ ਪੈ ਸਕਦੀ ਆ ਪਰ ਇੱਥੇ ਇਮਾਨਦਾਰ ਲੋਕਾਂ ਦੀ ਵੀ ਘਾਟ ਨਹੀਂ ਇਮਾਨਦਾਰ ਅਫਸਰ ਵੀ ਬਹੁਤ ਬੈਠੇ ਨੇ ਇਮਾਨਦਾਰ ਲੋਕ ਵੀ ਬਹੁਤ ਬੈਠੇ ਨੇ ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਆ ਤੇ ਪਰ ਸਮੁੱਚੇ ਤੌਰ ਤੇ ਜਿਵੇਂ 90-95% ਲੋਕ ਜਿਹੜੇ ਆ ਨਾ ਇਸ ਭਲਾ ਮਾਨਸ ਉਹੀ ਆ ਜਿਹਦਾ ਹੱਥ ਨਹੀਂ ਪੈਂਦਾ ਹਾਂ ਸਹੀ ਭਲਾ ਮਾਨਸ ਉਹੀ ਆ ਜਿਹਦਾ ਹੱਥ ਨਹੀਂ ਪੈਂਦਾ ਜੇ ਅਸਲ ਭਲਾ ਮਾਨਸ ਉਹ ਆ ਜਿਹੜਾ ਤਾਕਤ ਹੁੰਦਿਆਂ ਹੋਇਆ ਵੀ ਨਮਾਣਾ ਬਣ ਕੇ ਰਵੇ ਨਤਾਣਾ ਬਣ ਕੇ ਰਵੇ ਜੀ ਪਰ ਐਸੇ ਲੋਕ ਬਹੁਤ ਘੱਟ ਆ ਤੇ ਮੈਂ ਤੁਹਾਡੇ ਨਾਲ ਹਾਂ ਜੀ ਜਿਉਂਦੇ ਘੱਟ ਤੇ ਬਹੁਤੀਆਂ ਲਾਸ਼ਾਂ ਨੇ ਉਹ ਘਰ ਘਰ ਜਨਮ ਲਏ ਬਦਮਾਸ਼ਾਂ ਨੇ ਉਹ ਕਾਲੇ ਕੂੜ ਦੇ ਬਦਲ ਸ਼ਾਗ ਜੀ ਰੱਬ ਖੈਰ ਕਰੇ ਉਹ ਦੁਨੀਆ ਉਜੜਨ ਦੇ ਦਿਨ ਆ ਗਏ ਜੀ ਰੱਬ ਖੈਰ ਕਰੇ ਉਹ ਦੁਨੀਆ ਉਜੜਨ ਦੇ ਦਿਨ ਆ ਗਏ ਜੀ ਰੱਬ ਖੈਰ ਕਰੇ ਹੁਣ ਖੇਤ ਨੂੰ ਖਤਰਾ ਹੋ ਗਿਆ ਏ ਖੁਦ ਵਾੜਾਂ ਤੋਂ ਉਹ ਹੁਣ ਵਸਦੇ ਨਗਰੀ ਖਤਰਾ ਬਦ ਉਜਾੜਾਂ ਤੋਂ ਹੁਣ ਵਸਦੇ ਨਗਰੀ ਖਤਰਾ ਬਦ ਉਜਾੜਾਂ ਤੋਂ ਇੱਥੇ ਕੰਜਕਾਂ ਦੀ ਪੱਤ ਲੱਥ ਦੀ ਤਰਮੂਸ ਥਨਾ ਜੇ ਇੱਥੋਂ ਸ਼ਰਮ ਹਜ਼ਾ ਸਭ ਉਡਗੀ ਵਿੱਚ ਅਸਮਾਨਾਂ ਦੇ ਹੋ ਧਰਮੀ ਬਾਬਲ ਧਰਮ ਭੁਲਾ ਗਏ ਜੀ ਰੱਬ ਖੈਰ ਕਰੇ ਉਹ ਦੁਨੀਆ ਉਜੜਨ ਦੇ ਦਿਨ ਆ ਗਏ ਜੀ ਰੱਬ ਖੈਰ ਕਰੇ ਉਹ ਦੁਨੀਆ ਉਜੜਨ ਦੇ ਦਿਨ ਆ ਗਏ ਜੀ ਰੱਬ ਖੈਰ ਕਰੇ ਇੱਥੇ ਚੋਰ ਤੇ ਕੁੱਤੀ ਰਲ ਕੇ ਕਰਦੇ ਚੋਰੀ ਨੇ ਕੈਂਸਰ ਵਾਂਗੂ ਘਰ ਹੁਣ ਕਰ ਲਿਆ ਰਿਸ਼ਵਤ ਖੋਰੀ ਨੇ ਕੈਂਸਰ ਵਾਂਗੂ ਘਰ ਹੁਣ ਕਰ ਲਿਆ ਰਿਸ਼ਵਤ ਖੋਰੀ ਨੇਕੀ ਕਰਨ ਵਾਲੇ ਹਾਂ ਬੰਦਿਆਂ ਦੇ ਅਪਮਾਨ ਹੁੰਦੇ ਕੁਰਸੀ ਪਾਪੀਆਂ ਨੂੰ ਤੇ ਗੁੰਡਿਆਂ ਦੇ ਸਨਮਾਨ ਹੁੰਦੇ ਇੱਥੇ ਸਾਰੇ ਧਰਮ ਭੁਲਾ ਗਏ ਜੀ ਰੱਬ ਖੈਰ ਕਰੇ ਉਹ ਦੁਨੀਆ ਉਜੜਨ ਦੇ ਦਿਨ ਆ ਗਏ ਜੀ ਰੱਬ ਖੈਰ ਕਰੇ ਉਹ ਇੱਥੇ ਕੁਰਸੀ ਖਾ ਗਈ ਵਾਰਸ ਮਰਦ ਦਲੇਰਾਂ ਦੇ ਇੱਥੇ ਖਿਦਮਤ ਕਰਦੇ ਗਿੱਦੜਾਂ ਦੀ ਪੁੱਤ ਸ਼ੇਰਾਂ ਦੇ ਉਹ ਬੀਬੀ ਪੁਰੀਆ ਜੋਲਿਆ ਯੋਧੇ ਲੋਕ ਮਜ਼ਾਕ ਬਣੇ ਬੀਬੀ ਪੁਰੀਆ ਜੋਲਾ
ਯੋਦੇ ਲੋਕ ਮਜ਼ਾਕ ਬਣੇ ਇੱਥੇ ਬੁੱਧ ਦਿਲ ਛਿੱਤਰ ਖਾਣੇ ਲੋਕ ਚਲਾਕ ਬਣੇ ਉਹ ਖੱਬ ਕੀੜੀ ਨੂੰ ਪੁੱਤਰਾ ਗਏ ਜੀ ਰੱਬ ਖੈਰ ਕਰੇ ਉਹ ਦੁਨੀਆ ਉਜੜਨ ਦੇ ਦਿਨ ਆ ਗਏ ਜੀ ਰੱਬ ਖੈਰ ਕਰੇ ਦੁਨੀਆ ਉਜੜਨ ਦੇ ਦਿਨ ਆ ਗਏ ਜੀ ਰੱਬ ਖੈਰ ਕਰੇ ਕਿਆ ਬਾਤ ਬਹੁਤ ਖੂਬ ਸਮੇਂ ਦਾ ਸੱਚ ਕਮਾਲ ਦਾ ਸੱਚ ਵਾਹਿਗੁਰੂ ਇਹੀ ਸੱਚ ਚਾਹੀਦਾ ਪੇਸ਼ ਕਰਨਾ ਤੇ ਸੱਚ ਇਹੀ ਆ ਜੋ ਮਰਜ਼ੀ ਕਹੀ ਜਾਏਗੀ ਵੀ ਭਾਈ ਮੈਨੂੰ ਜਿਹੜਾ ਸੱਚ ਪਸੰਦ ਆ ਮੈਂ ਕਹਿੰਦਾ ਜੀ ਉਹੋ ਜਿਹਾ ਹੀ ਹੋਣਾ ਚਾਹੀਦਾ ਪਰ ਹਕੀਕਤ ਇਹ ਆ ਦੁਨੀਆ ਦੀ ਹਾਲਾਤ ਇਹੋ ਜਿਹੇ ਬਣੇ ਪਏ ਆ ਤੁਹਾਨੂੰ ਵੀ ਜਦੋਂ ਕਲਾਕਾਰ ਮਿਲਦੇ ਹੋਣਗੇ ਉਹ ਕਹਿੰਦੇ ਹੋਣੇ ਵੀ ਭਾਈ ਤੁਸੀਂ ਸਭ ਬੰਨੀਆਂ ਦਾ ਲਿਖ ਦਿੰਦੇ ਆ ਤੇ ਸਾਨੂੰ ਕੁਛ ਇਹੋ ਜਿਹਾ ਕਮਰਸ਼ੀਅਲ ਜਿਹਾ ਲਿਖ ਕੇ ਦਿਓ ਕਦੇ ਕੋਈ ਲਾਲਚ ਦਿੱਤਾ ਕਿ ਨਹੀਂ ਵੀ ਭਾਈ ਆ ਤੁਹਾਡਾ ਸਨਮਾਨ ਵੱਧ ਕਰ ਦਿਆਂਗੇ ਵੀ ਏਦਾਂ ਦਾ ਗਾਣਾ ਜਿਹਾ ਲਿਖ ਦਿਓ ਇੱਕ ਮੈਂ ਕਿਹਾ ਜਦੋਂ ਮੇਰਾ ਪਤਾ ਸਿੰਘਾਂ ਦਾ ਵੈਰੀ ਗੀਤ ਹਿੱਟ ਹੋਇਆ ਉਦੋਂ ਕੰਪਨੀਆਂ ਨੇ ਵੀ ਬਹੁਤੀਆਂ ਨੇ ਜ਼ੋਰ ਲਾਇਆ ਕਿ ਕਮਰਸ਼ੀਅਲ ਪਾਸੇ ਆ ਜਾਓ ਮੈਨੂੰ ਲੁਧਿਆਣੇ ਦੀ ਇੱਕ ਕੰਪਨੀ ਆ ਉਹਨਾਂ ਨੇ ਉਸ ਸਮੇਂ ਦੇ ਵਿੱਚ 3,00,000 ਰੁਪਇਆ ਮੇਰੇ ਮੂਹਰੇ ਰੱਖ ਦਿੱਤਾ ਕਿ ਤੁਸੀਂ ਕਮਰਸ਼ੀਅਲ 'ਚ ਆ ਜਾਓ ਮੈਂ ਕਿਹਾ ਮੈਂ ਇਨਕਲਾਬ ਦੀ ਗੱਲ ਕਰਨੀ ਆ ਇੱਥੇ ਲੋਕਾਂ ਨੇ ਜਾਨਾਂ ਵਾਰ ਦਿੱਤੀਆਂ ਇਨਕਲਾਬ ਲਈ ਮੈਂ ਇਸ ਤੁਹਾਡੇ ਇਸ ਮੰਚ ਰਾਹੀਂ ਤੁਹਾਡੇ ਇਸ ਚੈਨਲ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਉਹ ਕਿੱਡੇ ਦੁੱਖ ਦੀ ਗੱਲ ਆ ਅਸੀਂ ਜਿਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਨਾਂ ਵਾਰੀਆਂ ਬਹੁਤਿਆਂ ਨੂੰ ਤਾਂ ਅਸੀਂ ਭੁੱਲ ਹੀ ਗਏ ਆ ਪਤਾ ਹੀ ਨਹੀਂ ਲੋਕਾਂ ਨੂੰ ਠੀਕ ਹੈ ਭਗਤ ਸਿੰਘ ਹੋਰਾਂ ਦੀ ਕੁਰਬਾਨੀਆਂ ਭਗਤ ਸਿੰਘ ਹੋਰਾਂ ਨੂੰ ਸ਼ਹੀਦ ਊਧਮ ਸਿੰਘ ਹੋਰਾਂ ਨੂੰ ਅਸੀਂ ਯਾਦ ਕਰਦੇ ਹਾਂ ਗਦਰੀ ਬਾਬਿਆਂ ਨੂੰ ਵੀ ਕਿਤੇ ਕਿਤੇ ਯਾਦ ਕਰਦੇ ਹਾਂ ਪਰ ਬੱਬਰ ਅਕਾਲੀ ਕਿੱਥੇ ਆ ਬੱਬਰ ਅਕਾਲੀਆਂ ਨੂੰ ਕਿਉਂ ਭੁੱਲ ਗਏ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਦੇ ਇੱਕ ਇੱਕ ਦਿਨ ਦੇ ਵਿੱਚ ਧਾਮੀਆਂ ਪਿੰਡ ਦੇ ਵਿੱਚ 7 ਘਰ ਸਾੜੇ ਗਏ ਸੀ ਬੱਬਰਾਂ ਦੇ 7 ਘਰ ਇੱਕੋ ਦਿਨ ਚ ਸਾੜੇ ਗਏ ਉਹਨਾਂ ਦੀਆਂ ਫਸਲਾਂ ਵਾਹ ਦਿੱਤੀਆਂ ਗਈਆਂ ਉਹਨਾਂ ਦੇ ਘਰ ਘਾਟ ਸਾੜ ਦਿੱਤੇ ਕਿੰਨਿਆਂ ਨੂੰ ਫਾਂਸੀਆਂ ਲੱਗੀਆਂ ਉਹਨਾਂ ਦੀਆਂ ਕਿੱਡੀਆਂ ਕੁਰਬਾਨੀਆਂ ਉਹਨਾਂ ਨੂੰ ਕਿਉਂ ਭੁੱਲ ਗਏ ਮਹਾਰਾਜ ਕਿਰਪਾ ਕਰੇ ਅਸੀਂ ਨੈਕਸਟ ਜੀਅਰ ਜਿਹੜਾ ਨਾ ਮੈਂ ਐਸੇ ਲੜੀ ਹੋਣੀ ਸ਼ੁਰੂ ਕਰ ਰਿਹਾ ਕਿਉਂਕਿ ਨੈਕਸਟ ਜੀਅਰ ਜਿਹੜਾ ਉਹ ਬੱਬਰ ਅਕਾਲੀਆਂ ਦੀ ਜਿਹੜੀ ਆ ਬਾਸੀ ਆ ਦੂਜਾ ਕੀ ਇਹਨੂੰ ਆਪਾਂ ਕਹਿ ਸਕਦੇ ਹਾਂ 100 ਸਾਲ ਪੂਰੇ ਹੋ ਜਾਣਾ ਜਥੇਬੰਦ ਹਾਂ ਵਰੇਗੰਡ ਜਿਹੜੀ ਆ ਨਾ 100 ਵਰਾ ਜਿਹੜਾ ਪੂਰਾ ਹੋ ਜਾਣਾ ਜਥੇਬੰਦੀ ਕਾਇਮ ਹੋਈ ਨੂੰ 1922 ਦੇ ਵਿੱਚ ਜਿਹੜੀ ਆ ਉਹ ਜਥੇਬੰਦੀ ਜਿਹੜੀ ਕਾਇਮ ਹੋਈ ਸੀ ਤੇ 1923 ਦੇ ਵਿੱਚ ਉਹਨਾਂ ਦੇ ਐਕਸ਼ਨ ਜਿਹੜੇ ਸੀਗੇ ਉਹ ਕਮਾਲ ਦੇ ਸੀ ਉਹ ਸਾਰੇ ਜਿਹੜੇ ਉਹ ਪੇਸ਼ ਕਰਾਂਗੇ ਮੇਰੀ ਲੜੀ ਜਿਹੜੀ ਅਸੀਂ 1 ਮਹੀਨੇ ਦੇ ਵਿੱਚ ਜਿਹੜੀ ਉਹ ਸ਼ੁਰੂ ਕਰ ਰਹੇ ਹਾਂ ਔਰ ਇਹ ਇਤਿਹਾਸ ਇਹ ਸਤਿਗੁਰੂ ਜੀ ਨੇ ਮੈਨੂੰ ਮਾਣ ਬਖਸ਼ਿਆ ਕਿ ਕੈਨੇਡਾ ਦੇ ਵਿੱਚ ਅਸੀਂ ਲਗਾਤਾਰ ਟੀਵੀ ਤੇ 1 ਮਹੀਨਾ ਇਹ ਇਤਿਹਾਸ ਬੋਲਿਆ 1 ਮਹੀਨਾ ਤੇ ਅਜੇ ਇਤਿਹਾਸ ਸਾਡਾ ਅੱਧਾ ਨਹੀਂ ਸੀ ਪੂਰਾ ਹੋਇਆ ਰੋਜ਼ ਸਾਡਾ 40 ਮਿੰਟ ਦਾ ਪ੍ਰੋਗਰਾਮ ਹੁੰਦਾ ਸੀ ਤੇ ਮੈਂ 40 ਐਪੀਸੋਡ 30 ਐਪੀਸੋਡ ਜਿਹੜੇ ਉੱਥੇ ਬੋਲੇ ਆ ਤੇ ਪਰ ਉਹ ਅੱਧਾ ਇਤਿਹਾਸ ਨਹੀਂ ਸੀ ਸਾਡਾ ਕੰਪਲੀਟ ਹੋਇਆ ਤੇ ਗੁਰੂ ਮਹਾਰਾਜ ਨੇ ਜੇ ਚਾਹਿਆ ਤੇ ਉਹ ਪੂਰੇ ਦਾ ਪੂਰਾ ਜਿਹੜਾ ਨਾ ਉਹ ਇਤਿਹਾਸ ਜਿਹੜਾ ਬੱਬਰਾਂ ਦਾ ਸ਼ਹੀਦ ਭਗਤ ਸਿੰਘ ਹੋਰਾਂ ਦੀ ਗੱਲ ਕਰੀਏ ਆਪਾਂ ਸ਼ਹੀਦ ਊਧਮ ਸਿੰਘ ਹੋਰਾਂ ਦੀ ਗੱਲ ਕਰੀਏ ਉਹਨਾਂ ਨੂੰ ਵੀ ਸਿਰਫ ਤੇ ਸਿਰਫ ਉਹਨਾਂ ਦੇ ਜਨਮ ਦਿਨ ਦੇ ਮੌਕੇ ਜਾਂ ਵੈਸੇ ਕਿਸੇ ਇੱਕ ਖਾਸ ਅਵਸਰ ਤੇ ਚੇਤੇ ਕੀਤਾ ਜਾਂਦਾ ਨਹੀਂ ਤਾਂ ਉਹਨਾਂ ਦੀਆਂ ਮਿੱਟੀ ਦੀਆਂ ਸੋਹਾਂ ਖਾ ਕੇ ਵੀ ਉਹਨਾਂ ਦੀਆਂ ਘਰਾਂ 'ਚ ਜਾ ਕੇ ਸੋਹਾਂ ਖਾ ਕੇ ਵੀ ਮੁੱਕਰਦੇ ਲੋਕ ਵੇਖੇ ਮੈਂ ਕਿਹਾ ਜੀ ਹੁਣ ਤਾਂ ਇੰਨਾ ਕਿ ਜ਼ਿਆਦਾ ਆ ਇਸੇ ਕਰਕੇ ਹੀ ਆ ਗਏ ਵੀ ਦੁਨੀਆ ਉਜੜਨ ਦੇ ਦਿਨ ਆ ਗਏ ਜੀ ਇੱਥੇ ਘੁੱਟ ਗਿਆ ਦੀਆਂ ਸੋਹਾਂ ਖਾ ਲਿਆ ਜਾਂਦੀਆਂ ਬਾਣੀ ਦੀਆਂ ਸੋਹਾਂ ਖਾ ਲਈਆਂ ਜਾਂਦੀਆਂ ਉਹਦੇ ਤੋਂ ਮੁੱਕਰ ਜਾਂਦੇ ਨੇ ਸ਼ਹੀਦਾਂ ਦੇ ਉੱਥੇ ਜਿਹੜਾ ਥਾਂ ਤੇ ਜਾ ਕੇ ਭਗਤ ਸਿੰਘ ਦੇ ਉੱਥੇ ਜਾ ਕੇ ਮਿੱਟੀ ਹੱਥ ਵਿੱਚ ਲੈ ਕੇ ਸੋਹਾਂ ਖਾਣ ਵਾਲੇ ਜਿਹੜੇ ਆ ਉਹਨਾਂ ਨੇ ਵੀ ਦੇਸ਼ ਦੀ ਬਰਬਾਦੀ ਕੀਤੀ ਆ ਜੀ ਇੱਕ ਵੀ ਕੋਈ ਲੋਕਾਂ ਦੇ ਹਿੱਤ ਦੀ ਗੱਲ ਨਹੀਂ ਕੀਤੀ ਸੁਟੈਣਾ ਸਾਹਿਬ ਗੱਲਾਂ ਬਾਤਾਂ ਬਹੁਤ ਚੰਗੀਆਂ ਹੋਈਆਂ ਬਹੁਤ ਕੁਝ ਸਿੱਖਣ ਨੂੰ ਜਾਣਨ ਨੂੰ ਮਿਲਿਆ ਤੁਹਾਡੇ ਤੋਂ ਤੇ ਜਾਂਦੇ ਜਾਂਦੇ ਆਪਣਾ ਪਸੰਦੀਦਾ ਸਵਾਲ ਜ਼ਰੂਰ ਤੁਸੀਂ ਕਰੋ ਅੱਜ ਮੈਂ ਤਾਂ ਹੁਣ ਉਹਨਾਂ ਗੀਤਾਂ ਦੇ ਵਿੱਚ ਗੁਆਚਿਆ ਹੋਇਆ ਹਾਂ ਜੀ ਤੁਹਾਨੂੰ ਚਾਹੀਦਾ ਵਿਚਾਰ ਪ੍ਰੋਗਰਾਮ ਚਾ ਕੇ ਕਿਵੇਂ ਦਾ ਲੱਗਿਆ ਬਹੁਤ ਹੀ ਵਧੀਆ ਲੱਗਾ ਖਾਸ ਕਰਕੇ ਜਿਹੜਾ ਤੁਸੀਂ ਨਾ ਸੱਚ ਨੂੰ ਟਣਕ ਕੇ ਬੋਲਦੇ ਆ ਉਹ ਮੇਰੇ ਇੱਥੇ ਵੱਜਾ ਸੱਚੀ ਜਾਣਿਓ ਮੈਂ ਬਹੁਤ ਚੈਨਲਾਂ ਤੇ ਕੈਨੇਡਾ ਅਮਰੀਕਾ ਇੰਗਲੈਂਡ ਦੇ ਵੀ 3 ਚੈਨਲਾਂ ਤੇ ਮੇਰੀਆਂ ਕਈ ਕਈ ਇੰਟਰਵਿਊ ਹੋਈਆਂ ਆ ਪਰ ਸੱਚ ਜਾਣਿਓ ਮੈਂ ਟਹਿਣਾ ਸਾਹਿਬ ਨੂੰ ਆਪ ਫੋਨ ਕਰਕੇ ਵੀ ਮੈਂ ਕਿਹਾ ਵੀ ਮੈਨੂੰ ਚੱਜ ਦਾ ਵਿਚਾਰ ਵਿੱਚ ਮੈਂ ਨਾ ਆਉਣਾ ਚਾਹੁੰਦਾ ਤੇ ਇਹ ਮੇਰੇ ਪਹਿਲਾਂ ਤੋਂ ਮਿੱਤਰ ਆ ਬਹੁਤ ਜ਼ਿਆਦਾ ਸਾਡਾ ਪੁਰਾਣੀ ਸਾਡੀ ਮਿੱਤਰਤਾ ਆ ਤੇ ਇਹਨਾਂ ਨੇ ਮੇਰੀ ਬੇਨਤੀ ਨੂੰ ਕਬੂਲ ਕੀਤਾ ਤੇ ਇਹਨਾਂ ਨੇ ਕੱਲ੍ਹ ਮੈਨੂੰ ਫੋਨ ਗਿਆ ਵੀ ਜੋ ਸਾਹਿਬ ਆ ਜਾਓ ਤੇ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਤੁਸੀਂ ਆਏ ਉਚੇਚਾ ਵਕਤ ਕੱਢ ਕੇ ਆਏ ਹਾਂ ਆਪਦੇ ਕੰਮ ਇੱਕ ਪਾਸੇ ਛੱਡ ਕੇ ਆਏ ਹਾਂ ਤੁਹਾਡਾ ਦਿਲੀ ਤੌਰ ਤੇ ਸ਼ੁਕਰੀਆ ਨਹੀਂ ਜੀ ਧੰਨਵਾਦ ਤੁਹਾਡਾ ਆ ਜਿਹੜੇ ਮੇਰੇ ਜਜ਼ਬਾਤਾਂ ਨੂੰ ਮੇਰੇ ਗੀਤਾਂ ਨੂੰ ਮੇਰੇ ਬੋਲਾਂ ਨੂੰ ਸਾਰੇ ਸਰੋਤਿਆਂ ਤੱਕ ਤੁਸੀਂ ਪਹੁੰਚਾਇਆ ਫਿਰ ਦੁਬਾਰਾ ਤੋਂ ਮੈਂ
प्राइम एशिया चैनल का, तुहाड़ा सुवंत तैना जी का, तो हरमन थिंद मेरी बेटी का, सारयां दा बहुत बहुत धन्नवाद। जिन्हें भी साडा स्टाफ है सारयां दा बहुत बहुत धन्नवाद, धन्नवाद। वाहिगुरु जी का खालसा, वाहिगुरु जी की फतेह। बहुत चंगा लग्या तुहाडे नाल गल करके, दोबारा मौका मिले आपां फिर विचारां दी सांझ पावांगे। फिलहाल दे लई प्रोग्राम नूं इत्थे समेटदे हां जी, जाणदा हो गया वेला, अपनी प्रतिक्रिया जरूर साडे तई पहुंचायो। तिन्नां नूं दिओ इजाजत, सति श्री अकाल। तुसीं वेखदे रहो प्राइम एशिया टीवी, तुहाडा अपना, तुहाडे लई। ਹਾਜ਼ਰ ਹੈ ਜੱਜ ਦਾ ਵਿਚਾਰ।